ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਬੇਸਹਾ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰਹਿ ਨਹੀਂ ਬੂਝੈ ਬਿਰਥਾ ਜਨਮ ਗਵਾਏ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰਹਿ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾਲਾਹੀ ਹੈ ਸਹਿਜ ਮਿਲੈ ਪ੍ਰਭ ਸੋਏ ਰਹਾ ਹਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਖਾਣੈ ਬਿਨ ਗੁਰ ਪਰਮ ਭੁਲਾਏ ਲਖ ਚੌਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਜਾਂ ਨਾਉ ਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮਿਹਲ ਮਿਲਾਏ ਸਤਸੰਗਤ ਮੈਂ ਹਰ ਨਾਮ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚਲਾਂ ਸਤਿਗੁਰ ਪਾਏ ਸਦ ਬਲਿਹਾਰੀ ਗੁਰ ਅਪਨੇ ਵਿਟੋਂ ਜੇ ਹਰ ਸੇ ਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼ ਟਲਦੀ ਸ਼ਾਮ ਅਸੀਂ ਇਸ ਪਾਵਨ ਅਸਥਾਨ 'ਤੇ ਗੁਰੂ ਸ਼ਬਦ ਨਾਲ ਸਾਂਝ ਪਾਉਣ ਗੁਜਰੇ ਸਤਸੰਗਤ ਮਾਣ ਰਹੇ ਹਾਂ ਜੋ ਲੜੀਵਾਰ ਗੁਰਬਾਣੀ ਵਿਆਖਿਆਨ ਹੈ ਜੋ ਇਸ ਸਮੇਂ ਅਸੀਂ ਵਿਚਾਰਦੇ ਹਾਂ ਇਸ ਅੰਦਰ ਸ਼੍ਰੀ ਰਾਗ ਦੇ
ਅਸ਼ਟਪਦੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਇਹ ਵਿਚਾਰਿਆ ਜਾ ਰਿਹਾ ਸੀ, ਗੁਰਮੁਖ ਸੱਜਣ ਆਪ ਨੂੰ ਵਿਆਖਿਆ ਸਰਵਣ ਕਰਵਾ ਰਹੇ ਸੀ। ਜੋ ਮੈਨੂੰ ਹੁਕਮ ਹੋਇਆ, ਜੋ ਸ਼ਬਦ ਆਪ ਨੇ ਸਰਵਣ ਕੀਤਾ ਹੈ, ਇਹਦੇ ਪਹਿਲੇ ਚਾਰ ਪਦੇ ਵਿਚਾਰੇ ਗਏ ਨੇ, ਪੰਜਵੇਂ ਪਦੇ ਤੋਂ ਅਸੀਂ ਵਿਚਾਰ ਨੂੰ ਅੱਗੇ ਤੋਰਨਾ ਹੈ। ਹਾਲਾਂਕਿ ਬੜੀ ਡਿਟੇਲ ਡਿਸਕਸ਼ਨ ਹੋਈ ਹੋਏਗੀ ਇਹਨਾਂ ਸਾਰੇ ਚੀਜ਼ਾਂ 'ਤੇ, ਪਰ ਇੱਕ ਸਰਸਰੀ ਨਜ਼ਰ ਰਹਾਓ ਦੇ ਪਦੇ 'ਤੇ ਉਪਰੰਤ ਪੰਜ ਨੰਬਰ ਬੰਦ ਤੋਂ ਅਸੀਂ ਵਿਚਾਰ ਅੱਗੇ ਤੋਰਦੇ ਹਾਂ। ਜੋ ਜ਼ਿਕਰ ਸੀ ਇਸ ਪਾਵਨ ਸ਼ਬਦ ਦੇ ਮੁੱਖ ਸੁਨੇਹੇ ਦੇ ਵਿੱਚ, ਮਹਾਰਾਜ ਕਹਿੰਦੇ ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾਲਾਹੀਐ ਸਹਿਜ ਮਿਲੈ ਪ੍ਰਭ ਸੋਏ। ਮਨ ਰੇ ਨਾਮ ਜਪੋ ਸੁਖ ਹੋਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਮੋਸਟਲੀ ਜਦੋਂ ਗੁਰਬਾਣੀ ਐਡਰੈਸ ਕਰਦੀ ਹੈ, ਮਤਲਬ ਸੰਬੋਧਨ ਕਰਦੀ ਹੈ, ਆਵਾਜ਼ ਦਿੰਦੀ ਹੈ, ਅਤੇ ਉਹ ਦੋ ਹੀ ਰੂਪਾਂ ਨੂੰ ਸੰਬੋਧਨ ਹੁੰਦਾ ਹੈ, ਜਾਂ ਮਨ ਨੂੰ ਮਨ ਰੇ ਜਿਵੇਂ ਇਹਦੇ 'ਚ ਆਇਆ ਹੈ, ਜਾਂ ਸਿੱਧੇ ਤੌਰ 'ਤੇ ਪ੍ਰਭੂ ਨੂੰ, ਅਕਾਲ ਪੁਰਖ ਨੂੰ, ਜੋਤ ਨੂੰ, ਉਸ ਪ੍ਰਕਾਸ਼ਨਾ ਨੂੰ। ਇਹ ਦੋਵੇਂ ਰੂਪ ਹੀ ਸਾਡੇ ਨੇ ਅਸਲ, ਜੇ ਵੇਖਿਆ ਜਾਏ ਤਾਂ ਮਨ ਸਾਡੇ ਸੰਸਕਾਰਾਂ ਅਤੇ ਵਿਚਾਰਾਂ ਦੀ ਉਹ ਸਾਰੀ ਇੱਕ ਹਸਤੀ ਹੈ ਜਿਹੜੀ ਸਾਡੇ ਸਾਰੇ ਵਿਹਾਰ ਨੂੰ ਚਲਾ ਰਹੀ ਹੈ, ਜਿਹਨੂੰ ਅਸੀਂ ਆਪਣੀ ਸਾਈਕਿਕ ਐਨਰਜੀ ਕਹਿੰਦੇ ਹੈਗੇ ਹਾਂ। ਜਦੋਂ ਦੂਸਰਾ ਲੈਵਲ ਐਡਰੈਸ ਤਾਂ ਕਰਨ ਦਾ ਹੁੰਦਾ ਜਿਹਦੇ 'ਚ ਅਕਾਲ ਪੁਰਖ ਵਾਹਿਗੁਰੂ ਨੂੰ ਸਿੱਧੇ ਤੌਰ 'ਤੇ ਸੰਬੋਧਨ ਹੈ, ਉਹ ਬਿਲਕੁਲ ਸਾਫ ਗੋ ਦੇ ਨਾਲ ਸਾਡੀ ਕੌਂਸ਼ੀਅਸ ਨੂੰ, ਸਾਡੀ ਚੇਤਨਾ ਨੂੰ ਸੰਬੋਧਨ ਕੀਤਾ ਜਾਂਦਾ ਹੈ। ਸੋ ਦੋਵੇਂ ਰੂਪ ਅਸੀਂ ਸਾਰੇ ਹੀ ਕੈਰੀ ਕਰਕੇ ਤੁਰੇ ਫਿਰਦੇ ਹੈਗੇ ਹਾਂ। ਜਦੋਂ ਮਹਾਰਾਜ ਸਾਨੂੰ ਉਸ ਮਨੋਵੇਗ ਨੂੰ ਸੰਭਾਲਣ ਦੀ ਗੱਲ ਦੱਸਦੇ, ਅਹਿਸਾਸ ਕਰਾਉਂਦੇ, ਬਚਨ ਹੈ ਮਨ ਰੇ ਨਾਮ ਜਪੋ ਸੁਖ ਹੋਏ। ਮਨ, ਮਾਫੀ ਚਾਹਾਂਗਾ, ਹਰ ਵਕਤ ਕੁਝ ਨਾ ਕੁਝ ਜਪਦਾ ਹੀ ਹੈ। ਮਤਲਬ ਆਪਾਂ ਇੱਥੇ ਬੈਠੇ ਹਾਂ, ਤੁਹਾਨੂੰ ਆਵਾਜ਼ ਸੁਣ ਰਹੀ ਹੈ ਗੁਰੂ ਸ਼ਬਦ ਦੀ, ਵਿਆਖਿਆ ਦੀ, ਜੋ ਬਾਤ ਮੈਂ ਇੱਥੇ ਬੋਲਣ ਦਾ ਯਤਨ ਕਰ ਰਿਹਾ ਵਾਂ, ਅਤੇ ਇਕੱਲੀ ਸੁਣ ਨਹੀਂ ਰਹੀ, ਅੰਦਰ ਕੋਈ ਬੋਲ ਵੀ ਰਿਹਾ, ਅੰਦਰ ਕੋਈ ਦੱਸ ਵੀ ਰਿਹਾ, ਹਾਂ ਗੱਲ ਪਹਿਲਾਂ ਵੀ ਸੁਣੀ ਹੈ, ਹਾਂ ਹੁਣ ਇਹ ਤੋਂ ਬਾਅਦ ਆਹ ਗੱਲ ਕਹੇ ਗਿਆ, ਜਾਂ ਉਹ ਫਲਾਣੀ ਗੱਲ, ਜਾਂ ਕੋਈ ਆਪਣੀ ਦੁਨੀਆ ਵੀ ਚੱਲ ਸਕਦੀ ਉਹਦੇ ਵਿੱਚ। ਇਹ ਹਰ ਵਕਤ ਜਪਣ ਹੋ ਰਿਹਾ, ਸਿਮਰਨ ਹੋ ਰਿਹਾ, ਮੇਰੇ ਅੰਦਰ ਵੀ ਮੈਂ ਬੋਲ ਰਿਹਾ, ਮੂੰਹ ਤੋਂ ਆਵਾਜ਼ ਆ ਰਹੀ ਹੈ, ਅੰਦਰ ਵੀ ਖਲਬਲੀ ਚੱਲ ਰਹੀ ਹੈ, ਅੰਦਰ ਵੀ ਹੋ ਰਿਹਾ ਹੈ ਹੁਣ ਆਹ ਗੱਲ ਕਹਿ, ਇਸ ਤਰ੍ਹਾਂ ਕਹਿ, ਆਹ ਰੂਪ ਵਿੱਚ ਇਸ ਤਰੀਕੇ ਨਾਲ ਬਾਤ ਹੋਣੀ ਚਾਹੀਦੀ, ਇਹ ਸਭ ਚੀਜ਼ਾਂ। ਸੋ ਇਹ ਜਪਨ ਹੈ ਹਰ ਵਕਤ, ਇਹ ਮਨ ਹਰ ਵਕਤ ਇਸ ਚੂਪ ਵਿੱਚ ਆਪਣੇ ਆਪ ਨੂੰ ਤੋਰ ਰਿਹਾ ਹੈ। ਸਾਹਿਬ ਉਸੇ ਮਨ ਨੂੰ ਐਡਰੈਸ ਕਰਦੇ, ਮਨ ਰੇ ਨਾਮ ਜਪੋ ਸੁਖ ਹੋਏ। ਮਨਾ, ਜੇ ਸੁਖੀ ਹੋਣਾ ਹੀ ਨਾ ਤੇ ਫਿਰ ਬਹੁਤਾ ਇੱਧਰ ਉੱਧਰ ਨਾ ਭਟਕ, ਸਿੱਧੇ ਤੌਰ 'ਤੇ ਕਿਸੇ ਸੱਚੀ ਸੁੱਚੀ ਵਿਚਾਰਧਾਰਾ, ਉਹਨੂੰ ਨਾਮ ਕਿਹਾ ਗਿਆ ਹੈ, ਉਹਨੂੰ ਵਾਰ ਵਾਰ ਰੈਪੀਟੀਸ਼ਨ ਵਿੱਚ ਲੈ ਕੇ ਆ, ਉਹਦੀ ਆਰਾਧਨਾ ਕਰ, ਉਸ ਪਾਸੇ ਆਪਣੇ ਆਪ ਨੂੰ ਧਿਆਨ ਦੇ। ਹੁਣ ਇਹ ਬਿਲਕੁਲ ਸਪਿਰਚੁਅਲ ਮੈਸੇਜ ਕਹਿ ਲਓ ਇਸ ਤਰੀਕੇ ਨਾਲ ਆ ਰਿਹਾ ਹੈਗਾ। ਹੁਣ ਇਹਨੂੰ ਅਸੀਂ ਪ੍ਰੈਕਟੀਕਲ ਸਾਈਡ ਤੋਂ ਲੈ ਆਉਂਦੇ ਹਾਂ ਥੋੜ੍ਹਾ ਜਿਹਾ। ਅੱਜ ਜਿਸ ਅਸੀਂ ਮਾਹੌਲ 'ਚ ਰਹਿ ਰਹੇ ਹੈਗੇ ਹਾਂ, ਆਪ ਦੇਖਦੇ ਹੋ ਬੱਚਿਆਂ ਦੇ ਸਾਡੇ ਬੜੇ ਇਸ਼ੂ ਹੁੰਦੇ ਨੇ। ਇੱਕ ਬੱਚਿਆਂ ਦੇ ਬਾਬਤ ਇਸ਼ੂ ਅਸੀਂ ਜਿਹੜਾ ਅਕਸਰ ਹੀ ਗੱਲ ਕਰਦੇ ਹਾਂ, ਜਿਵੇਂ ADHD, ਇਹਦੇ ਬਾਬਤ ਸਾਡੇ ਓਨਟੈਰੀਓ ਅਜੇ ਰੇਸ਼ੋ ਵਾਈਜ਼ ਘੱਟ ਆ। ਜੇ ਅਸੀਂ ਕਿਬਕਵਾ ਚਲੇ ਜਾਈਏ, ਉੱਥੇ ਵੱਡੇ ਲੈਵਲ 'ਤੇ ਬੱਚਿਆਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ। ਇਹਦੇ ਉੱਤੇ ਬੜੇ ਅਲਾਰਮਿੰਗ ਤਰੀਕੇ ਦੇ ਨਾਲ ਐਕਸਪਰਟਸ ਨੇ ਇਹ ਵੀ ਇਜ਼ਹਾਰ ਕੀਤਾ ਕਿ ਨਹੀਂ 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 ਨਹੀਂ, ਦੈਟਸ ਨੋਟ ਗੁੱਡ, ਦੈਟ ਮੱਚ ਐਕਚੁਲੀ, ਇੰਨੀ ਜ਼ਿਆਦਾ ਮੈਡੀਸਨ ਉਹਨਾਂ ਨੂੰ ਇੰਨੀ ਛੋਟੀ ਉਮਰ 'ਚ ਇੰਨਾ ਐਕਸਪੋਜ਼ਰ ਨਹੀਂ ਦੇਣਾ ਚਾਹੀਦਾ। ਇਹਦੇ ਨਾਲ ਬਹੁਤ ਸਾਰੀਆਂ ਰਿਸਰਚ ਵੀ ਆ ਰਹੀਆਂ ਨੇ ਲਗਾਤਾਰਤਾ ਦੇ ਨਾਲ। ਓਹਾਇਓ ਯੂਨੀਵਰਸਿਟੀ ਦੀ ਰੀਸੈਂਟਲੀ ਇੱਕ ਰਿਸਰਚ ਬੜੀ ਵੱਡੀ ਪਬਲਿਸ਼ ਹੋਈ ਸੀਗੀ, ਸਿਸਟੈਮਿਕ ਸਿਸਟਮ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਬਿਆਨ ਕੀਤਾ ਕਿ ਗੱਲ ਇਹ ਹੈ, ਹੁਣ ਸਪੋਜ਼ ਕਰੋ, ਮੋਸਟਲੀ ਜਦੋਂ ADHD ਦੀ ਬੱਚੇ ਨਾਲ ਗੱਲ ਆਉਂਦੀ ਹੈ, ਟੀਚਰਸ ਅਵੇਅਰ ਕਰਦੇ ਮਾਪਿਆਂ ਨੂੰ, ਇਹਨੂੰ ਚੈੱਕ ਕਰਾਓ, ਇਹਦੀ ਅਸੈਸਮੈਂਟ ਕਰਾਓ। ਟੀਚਰ ਅਵੇਅਰ ਕਰਦੇ, ਮਾਪਿਓ ਨੂੰ ਕਿਸੇ ਸਾਈਕੈਟ੍ਰਿਕ ਕੋਲ ਲੈ ਜਾਂਦੇ, ਸਾਈਕੈਟ੍ਰਿਕ ਉਹਨੂੰ ਆਪਣੇ ਡਾਇਗਨੋਸ ਲਗਾਉਂਦਾ,
diagnosed accordingly, kehinda ha, I can see something over here. It's not severe, it's not even actually moderate, but it's very minor, but still it is there. ਇਹ ਸੱਚ ਹੈ ਜਿਹੜਾ ਉਹ ਕ੍ਰਾਈਟੀਰੀਆ ਬਣਿਆ ਹੈ ਉਹ ਡਾਇਗਨੋਸ ਕਰਨ ਦਾ, ਉਹ ਸਾਰਿਆਂ 'ਤੇ ਲਾਇਆ ਜਾਏ ਤੇ 2% ਹੀ ਬਚਣਗੇ, 98% ਆ ਜਾਣਗੇ ਵਿੱਚ, ਕਿਉਂਕਿ ਇਸ ਉਮਰ ਦੇ ਵਿੱਚ ਚੰਚਲਤਾ, ਨਾ ਬਹਿ ਸਕਣਾ, ਗੱਲ ਨੂੰ ਨਾ ਧਿਆਨ ਦੇ ਸਕਣਾ, ਇਹ ਸਭ ਚੀਜ਼ਾਂ ਇੱਕ ਨੋਰਮਲ ਚੀਜ਼ ਆ, ਇਹ ਹੁੰਦਾ ਇਸ ਰੂਪ ਦੇ 'ਚ. ਅਤੇ ਵੱਡੇ ਲੈਵਲ 'ਤੇ ਇਹਦੇ ਪਿੱਛੇ ਦੋਸ਼ੀ ਜਿਹੜੀ ਉਹ ਖੁਰਾਕ ਵੀ ਹੁੰਦੀ ਹੈ, ਕਿਉਂਕਿ ਖੁਰਾਕ ਜੇ ਬੱਚੇ ਦੀ ਖੁਰਾਕ ਪ੍ਰੋਪਰ ਨਹੀਂ ਹੈਗੀ ਤੇ ਡੈਫੀਨੇਟਲੀ ਉਹਨੂੰ ਇਤਨੀ ਜ਼ਿਆਦਾ ਸ਼ੂਗਰ ਇਨਟੇਕ ਹੋਏਗਾ, ਇਤਨੀ ਜ਼ਿਆਦਾ ਹਾਈ ਕੈਲਰੀ ਫੂਡ ਹੋਏਗੀ, ਇਹ ਸਭ ਚੀਜ਼ਾਂ. ਫਿਰ ਸੈਕਿੰਡ ਲੈਵਲ 'ਤੇ ਉਹਨੂੰ ਆਲੇ ਦੁਆਲੇ ਐਕਸਪੋਜ਼ਰ ਕਿਵੇਂ ਦਾ ਮਿਲ ਰਿਹਾ ਹੈਗਾ. ਸੋ ਇਹ ਚੀਜ਼ਾਂ ਵੱਲ ਧਿਆਨ ਨਾ ਦੇ ਕੇ ਸਿਰਫ ਇੱਕ ਕਹਿਣਾ ਵੀ ਡਾਇਗਨੋਸ ਕਰਤਾ ਇਸ ਰੂਪ ਦੇ ਵਿੱਚ, ਦਵਾਈ ਖਵਾ ਦਿਓ ਇਹਨੂੰ. ਉਹਨਾਂ ਨੇ ਕਿਹਾ ਇਹ ਵੀ ਇੱਕ ਤਰੀਕਾ ਹੈ, ਦਵਾਈ ਦੇ ਦਿਓ, ਪਰ ਦਵਾਈ ਤੋਂ ਕਿਤੇ ਕਾਰਗਰ ਇੱਕ ਤਰੀਕਾ ਹੋਰ ਵੀ ਹੈ. ਜਿਵੇਂ ਕਲਾਸ 'ਚ ਹੀ ਬੱਚੇ ਨੂੰ ਇਸ਼ੂ ਆ ਰਿਹਾ ਕਿ ਉਹ ਪੜ੍ਹਦਾ ਨਹੀਂ, ਧਿਆਨ ਨਹੀਂ ਦਿੰਦਾ, ਉਹ ਕਹਿੰਦੇ ਜੇ ਟੀਚਰ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਉਹਦੇ ਨਾਲ ਬੈਠਿਆ ਜਾਏ, ਉਹਨੂੰ ਥੋੜ੍ਹੀ ਕੰਸਲਟੇਸ਼ਨ ਕੀਤੀ ਜਾਏ, ਤਾਂ ਉਹਨੂੰ ਕਿਹਾ ਜਾਏ ਵੀ ਨੋ ਦਿਸ ਕਿਡ ਇਜ਼ ਨੋਟ ਪੇਇੰਗ ਅਟੈਂਸ਼ਨ ਟੂ ਵਰਡ ਯੋਰ ਇੰਸਟਰਕਸ਼ਨਸ, ਬਟ ਵੀ ਆਰ ਰੀਅਲੀ ਰਿਕੁਐਸਟਿੰਗ ਯੂ, ਕੈਨ ਯੂ ਹੈਲਪ ਅਸ ਲਿਟਲ ਬਿਟ. ਜੀ ਦੱਸੋ ਕੀ ਹੈਲਪ ਚਾਹੀਦੀ ਹੈ. ਹੈਲਪ ਇਹ ਹੈ ਕਿ ਕਲਾਸ 'ਚ 15 ਬੱਚੇ ਨੇ, ਤੂੰ 15 ਨੂੰ ਕੋਈ ਮੈਸੇਜ ਦੇਣਾ ਹੈਗਾ. ਸਪੋਜ਼ ਕਰੋ ਉਹ ਕਹਿੰਦੀ ਹੈ ਕਿ ਆਈ ਐਮ ਰਾਈਟਿੰਗ ਸਮਥਿੰਗ ਔਨ ਬੋਰਡ ਐਂਡ ਆਲ ਆਫ ਯੂ ਹੈਵ ਟੂ ਕਾਪੀ ਇਟ. ਠੀਕ, ਆਲ ਆਫ ਯੂ ਹੈਵ ਟੂ ਕਾਪੀ ਇਟ. ਸਾਰਿਆਂ ਨੂੰ ਇੰਸਟਰਕਸ਼ਨ ਦੇ ਤੀਆਂ, ਫਿਰ ਉਹਨੇ ਪਤਾ ਕੀ ਕਹਿਣਾ. ਉਸ ਤੋਂ ਬਾਅਦ ਉਹ ਕਹਿੰਦੇ ਉਹਨੂੰ ਇਸ ਤਰ੍ਹਾਂ ਕਿਹਾ ਜਾਏ ਟੀਚਰ ਨੂੰ ਕਿ ਹੁਣ ਪਲੀਜ਼ ਸਪੈਸੀਫਿਕਲੀ ਤੂੰ ਸਾਰਿਆਂ ਨੂੰ ਇੰਸਟਰਕਸ਼ਨ ਦੇਤੀ, ਜਨਰਲ ਇੰਸਟਰਕਸ਼ਨ ਹੋ ਗਏ. ਜਦੋਂ ਤੂੰ ਬਿਲਕੁਲ ਸ਼ੁਰੂ ਕਰਨ ਲੱਗੇ ਥੋੜ੍ਹੀ ਜਿਹੀ ਐਫਰਟ ਹੋਰ ਪਾ ਕੇ, ਜਿਹੜੇ ਬੱਚੇ ਦਾ ਤੈਨੂੰ ਇਹ ਲੱਗਦਾ ਕਿ ਇਹ ਬੱਚਾ ਧਿਆਨ ਨਹੀਂ ਪੇ ਕਰਦਾ, ਉਹਦਾ ਨਾਂ ਲੈ. ਫਿਰ ਉਹਨੂੰ ਕਹਿ ਕਿ ਕੋਈ ਵੀ ਨਾਂ, ਉਹਦਾ ਜੌਨ ਆ, ਉਹਦਾ ਨਾਂ ਹਰੀ ਸਿੰਘ ਆ, ਕੋਈ ਵੀ, ਵੀ ਪਲੀਜ਼ ਪੇ ਅਟੈਂਸ਼ਨ ਟੂ ਵਰਡ ਮੀ, ਆਈ ਐਮ ਗੋਇੰਗ ਟੂ ਰਾਈਟ ਇਟ ਔਰ ਯੂ ਹੈਵ ਟੂ ਕਾਪੀ ਇਟ. ਜੇ ਤੇਰੇ ਕੋਲ ਥੋੜ੍ਹਾ ਜਿਹਾ ਟਾਈਮ ਹੋਰ ਹੈਗਾ ਤੇ ਫਿਰ ਉਹਨੂੰ ਮਾੜਾ ਜਿਹਾ ਇੱਕ ਵਾਰੀ ਹੋਰ ਪੁੱਛ ਲੈ ਕਿ ਹਰੀ ਸਿੰਘ ਜਾਂ ਜੌਨ, ਡਿਡ ਯੂ ਗੈਟ ਇਟ ਵਟ ਆਈ ਵਾਜ਼ ਸੇਇੰਗ, ਤੈਨੂੰ ਪਤਾ ਲੱਗ ਗਿਆ ਮੈਂ ਕੀ ਕਹਿ ਰਹੀ ਸੀ, ਤੂੰ ਕੀ ਕਰਨਾ ਹੈਗਾ, ਕੈਨ ਯੂ ਰਿਪੀਟ ਫਰ ਮੀ. ਫਿਰ ਉਹ ਦੁਬਾਰਾ ਆਵਾਜ਼ ਦੇ ਕੇ ਕਹੇ ਯੈਸ ਮੈਡਮ, ਆਈ ਹੈਵ ਟੂ ਕਾਪੀ ਇਟ ਵਟ ਐਵਰ ਯੂ ਗੋਇੰਗ ਟੂ ਰਾਈਟ ਔਨ ਬੋਰਡ. ਇੰਸਟਰਕਸ਼ਨ ਪ੍ਰੋਪਰ ਚਲੀ ਗਈ. ਇੰਨਾ ਕਰਨ ਦੇ ਨਾਲ ਉਹਨਾਂ ਨੇ 2 ਮਹੀਨੇ ਬਾਅਦ ਰਿਜ਼ਲਟ ਦੇਖਿਆ, ਬੱਚਾ ਪਹਿਲੇ ਰੂਪ 'ਚੋਂ ਕਿਤੇ ਬਾਹਰ ਆ ਚੁੱਕਾ ਹੈਗਾ. ਹੁਣ ਇੱਥੇ ਆ ਜਾਓ ਮਨ ਦੀ ਦਸ਼ਾ ਦੇ ਵਿੱਚ. ਜਿਹੜਾ ਇੱਥੇ ਬਚਨ ਆਇਆ ਨਾ, ਮਹਾਰਾਜ ਜੀ ਨੇ ਕਿਹਾ ਹੈਗਾ ਕਿ ਮਨ ਰੇ ਨਾਮ ਜਪੋ ਸੁਖ ਹੋਏ. ਦੇਖੋ ਆਨੰਦ ਸਾਹਿਬ ਦੀ ਬਾਣੀ ਪੜ੍ਹੋ ਤੁਸੀਂ. ਆਨੰਦ ਹੁੰਦਾ ਕੀ ਹੈ? ਆਨੰਦ ਦੇ ਬਿਲਕੁਲ ਓਪੋਜ਼ਿਟ ਕਰੋਗੇ ਤੇ ਕੀ ਹੋਏਗਾ? ਕਲੇਸ਼, ਦੁੱਖ, ਪੀੜਾ, ਇਹ ਹੋਏਗੀ. ਘਰਾਂ ਦੇ ਵਿੱਚ ਦੇਖੋ, ਘਰ ਨੂੰ ਅਸੀਂ ਜਿੱਥੋਂ ਘਰ ਅਸਲ 'ਚ ਗ੍ਰਸਤ ਸ਼ੁਰੂ ਹੁੰਦਾ ਹੈ, ਉਹਦਾ ਨਾਂ ਸਾਡੇ ਘਰ ਦੇ ਵਿੱਚ ਹੈ ਆਨੰਦ ਕਾਰਜ. ਐਗਜੈਕਟਲੀ ਆਹ ਨਾਮ ਹੈ ਉਹਦਾ. ਹੁਣ ਕਾਰਜ ਆਨੰਦ ਕਰਕੇ ਉਹ ਸਭ ਖੁਸ਼ੀ, ਸੁੱਖ, ਸਕੂਨ ਉਸ ਰੂਪ 'ਚ ਲਿਆ ਗਿਆ. ਜਦੋਂ ਤੁਸੀਂ ਘਰਾਂ ਨੂੰ ਫੋਲਦੇ ਹੋ ਤੇ ਫਿਰ ਪਤਾ ਲੱਗਦਾ ਵੀ ਉਹ ਤੇ ਹੈ ਹੀ ਨਹੀਂ, ਸਫਰਿੰਗ ਹੈ, ਕਲੇਸ਼ ਹੈ, ਝਗੜਾ ਆ, ਤੇ ਬੰਦੇ ਮੋਸਟਲੀ ਸਟਰਗਲ ਕਰ ਰਹੇ ਨੇ. ਹੁਣ ਇੱਥੇ ਜਾ ਕੇ ਮਿਸ ਕੀ ਹੋ ਗਿਆ? ਮਿਸ ਇਹ ਹੋ ਗਿਆ ਵੱਡੇ ਲੈਵਲ ਤੇ ਜਿਹੜੀ ਬਾਤ ਹੋ ਰਹੀ ਹੈ, ਅਸੀਂ ਇੱਕ ਦੂਜੇ ਨੂੰ ਪ੍ਰੋਪਰ ਚੀਜ਼ਾਂ ਦੱਸਣ ਤੇ ਸੁਣਨ ਦੀ ਬਜਾਏ ਅਸੀਂ ਪ੍ਰਟੈਂਡ ਕਰ ਰਹੇ ਹਾਂ, ਜਾਂ ਇਹ ਪਰਸੈਪਸ਼ਨ ਬਣਾ ਲੈਂਦੇ ਹਾਂ, ਅਸੰਪਸ਼ਨ ਬਣਾ ਲੈਂਦੇ ਹਾਂ, ਅਸਿਊਮ ਕਰਦੇ ਹਾਂ, ਪਤਾ ਹੀ ਉਹਨੂੰ ਕੀ ਕਰਨਾ, ਮੈਂ ਜ਼ਰੂਰ ਦੱਸਣਾ. ਜਾਂ ਦੂਜਾ ਕਹਿੰਦਾ ਜਦੋਂ ਮੈਨੂੰ ਦੱਸਿਆ ਹੀ ਨਹੀਂ, ਵਾਈ ਸ਼ੁੱਡ ਆਈ ਬੋਦਰ ਮਾਈ ਸੈਲਫ ਟੂ ਫੋਲੋ ਔਰ ਟੂ ਡੂ ਐਨੀਥਿੰਗ. ਹੁਣ ਆਹ ਜਿਹੜੀ ਚੀਜ਼ ਆ, ਇਹ ਹੈ ਮਿਸਕਮਿਊਨੀਕੇਸ਼ਨ. ਇਹ ਫਿਰ ਇੱਕ ਵੱਡੇ ਲੈਵਲ ਦੀ ਸਟਰਗਲ ਜਨਰੇਟ ਕਰਦਾ ਹੈਗਾ. ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹੋ. ਆਨੰਦ ਸਾਹਿਬ ਦੀ ਬਹੁਤੀ ਬਾਣੀ ਦੇ ਵਿੱਚ ਤੁਹਾਨੂੰ ਡਾਇਰੈਕਟ ਐਡਰੈਸਿੰਗ ਮਿਲੇਗੀ. ਡਾਇਰੈਕਟ ਬੰਦਾ ਸੋਚ ਵੀ ਨਹੀਂ ਸਕਦਾ, ਬਾਬਾ ਜੀ ਕਿਵੇਂ ਲਿਖ ਰਹੇ ਹੋ ਤੁਸੀਂ ਸ਼ਬਦ ਦੇ. ਤੁਸੀਂ ਦੇਖੋ ਇਹ ਮਨ ਚੰਚਲਾ. ਹੁਣ ਇਕੱਲੇ ਮਨ ਨੂੰ ਸੰਬੋਧਨ ਨਹੀਂ, ਮਨ ਦੀ ਇੱਕ ਬਹੁਤ ਵੀਕਨੈਸ ਉਹਨੂੰ ਮਿਰਰ ਕੀਤਾ ਜਾ ਰਿਹਾ. ਉਹਨੂੰ ਕਿਹਾ ਜਾ ਰਿਹਾ ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ. ਮਨਾ ਮਤੇ ਤੂੰ ਸੋਚਦਾ ਹੋਏ ਕਿ ਮੈਂ ਕਲੈਵਰ ਆ, ਚਲਾਕ ਆ, ਮੈਂ ਸਾਰਾ ਕੁਝ ਠੀਕ ਕਰ ਲੈਣਾ.
ਸੱਚਾਈ ਇਹ ਹੈ ਬਹੁਤੀਆਂ ਚਲਾਕੀਆਂ ਨਾਲ ਬੰਦੇ ਦਾ ਕੁਝ ਨਹੀਂ ਸਵਰਦਾ। ਐਡਰੈਸ ਕੀਤਾ ਗਿਆ ਸਿੱਧੇ ਤੌਰ ਤੇ। ਫਿਰ ਇੱਥੇ ਹੀ ਨਹੀਂ, ਤੁਸੀਂ ਇਸ ਬਾਣੀ ਚ ਅੱਗੇ ਲਗਾਤਾਰ ਪੜੋਗੇ ਅਖੀਰਲੇ ਪਦਿਆਂ 'ਚ ਤੇ ਬਿਲਕੁਲ ਤੁਸੀਂ ਆ ਕੇ ਦੇਖਦੇ ਹੋ, ਸਿੱਧੇ ਤੌਰ ਤੇ ਸਰੀਰ ਨੂੰ ਐਡਰੈਸ ਕੀਤਾ ਜਾਂਦਾ ਹੈ। ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ। ਫਿਰ ਐਡਰੈਸ ਕੀਤਾ ਜਾਂਦਾ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਇਹ ਸਰਬਨੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ। ਹੁਣ ਮੁਸ਼ਕਲ ਇਹ ਬਣ ਗਈ, ਇਤਨੇ ਰੈਗੂਲਰ ਬੇਸਿਸ ਤੇ ਬਾਣੀ ਪੜ੍ਹਦੇ ਬਾਣੀ ਸੁਣਦੇ ਇਹ ਅਹਿਸਾਸ ਚਲਾ ਗਿਆ ਗੁਰੂ ਅਮਰਦਾਸ ਸਾਹਿਬ ਐਵੇਂ ਕਿਉਂ ਲਿਖ ਰਹੇ, ਗੁਰੂ ਅਮਰਦਾਸ ਸਾਹਿਬ ਨੂੰ ਐਸਾ ਲਿਖਣ ਦੀ ਜ਼ਰੂਰਤ ਕਿਉਂ ਪਈ, ਵਟ ਇਜ਼ ਦ ਰੀਜ਼ਨ ਬਿਹਾਈਂਡ ਦਿਸ ਹੋਲ ਪ੍ਰੈਜੈਂਟੇਸ਼ਨ, ਵਾਈ ਮਹਾਰਾਜ ਇਜ਼ ਪ੍ਰੈਜੈਂਟਿੰਗ ਦਿਸ ਬਾਣੀ ਇਨ ਦਿਸ ਪਰਟੀਕੁਲਰ ਐਕਚੁਲੀ ਜਿਹੜਾ ਹੈਗਾ ਉਹਦਾ ਜਿਹੜਾ ਫਾਰਮੈਟ ਹੈਗਾ। ਹੁਣ ਇਹ ਜਿਹੜੀ ਚੀਜ਼ ਆ ਇੱਥੋਂ ਜੇ ਸਮਝ ਆ ਜਾਏ ਤੇ ਸਾਨੂੰ ਪਤਾ ਲੱਗ ਸਕਦਾ ਹਾਂ ਸਾਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਹੈ। ਬੰਦਾ ਸਭ ਨਾਲ ਗੱਲ ਕਰਦਾ ਹੈ, ਕਈ ਵਾਰੀ ਆਪਣੇ ਆਪ ਨਾਲ ਗੱਲ ਨਹੀਂ ਕਰਦਾ। ਬਾਬਾ ਅਮਰਦਾਸ ਜੀ ਵਾਰ ਵਾਰ ਪ੍ਰੇਰਦੇ, ਇਸ ਸ਼ਬਦ 'ਚ ਵੀ ਪ੍ਰੇਰਦੇ, ਮਨ ਅੰਦਰ ਦੀ ਜਿਹੜੀ ਸਾਡੀ ਜਿਹਨੂੰ ਅਸੀਂ ਆਪਣੀ ਸਾਈਕੀ ਕਹਿੰਦੇ ਹਾਂ ਉਹਨੂੰ ਕਿਹਾ ਗਿਆ, ਜਿਹੜੀ ਮੋਸਟਲੀ ਅਵਚੇਤ ਆ। ਮਨ ਜਿਹੜਾ ਆ ਕਰ ਸਭ ਕੁਝ ਰਿਹਾ, ਸੋਚ ਸਭ ਕੁਝ ਰਿਹਾ, ਸਾਰੇ ਕਾਸੇ ਵਿੱਚ ਪਾਰਟੀਸਪੇਟ ਕਰ ਰਿਹਾ, ਸੁੱਤਾ ਹੋਇਆ। ਹੁਣ ਸੁੱਤੇ ਹੋਏ ਦੀ ਹਾਲਤ ਕੀ ਹੈ ਉਹਨੂੰ ਪਤਾ ਹੀ ਨਹੀਂ ਕੀ ਕਰ ਰਿਹਾ, ਉਹ ਕਰੀ ਜਾ ਰਿਹਾ ਪਰ ਉਹਨੂੰ ਕੋਈ ਪਤਾ ਨਹੀਂ ਤੇ ਕੋਈ ਪ੍ਰਭਾਵ ਨਹੀਂ ਪੈ ਰਿਹਾ। ਉਹ ਸਾਨੂੰ ਅੰਦਰੋਂ ਪ੍ਰੇਰ ਰਿਹਾ ਝੂਠ ਬੋਲ, ਅੰਦਰੋਂ ਪ੍ਰੇਰ ਰਿਹਾ ਤੂੰ ਨਿੰਦਿਆ ਕਰ, ਅੰਦਰੋਂ ਪ੍ਰੇਰ ਰਿਹਾ ਤੂੰ ਗੁੱਸਾ ਕਰ, ਅੰਦਰੋਂ ਪ੍ਰੇਰ ਰਿਹਾ ਈਰਖਾ ਕਰ, ਅਸੀਂ ਕਰੀ ਜਾਂਦੇ ਹਾਂ ਪਰ ਉਹਨੂੰ ਖੁਦ ਪਤਾ ਨਹੀਂ ਗਾ ਵੀ ਇਹ ਇਹ ਕੋਈ ਕੰਮ ਕਰਨ ਵਾਲਾ, ਕਿਉਂਕਿ ਉਹ ਅਚੇਤ ਆ, ਉਹਦੇ 'ਚ ਸੁਚੇਤਤਾ ਨਹੀਂ ਹੈ। ਸਭ ਕਹਿੰਦੇ ਇਹ ਇਹਦੇ ਵਾਸਤੇ ਇਹ ਕਰਨਾ ਪਏਗਾ, ਮਨ ਰੇ ਨਾਮ ਜਪੋ, ਨਾਮ ਜਪ। ਹੁਣ ਨਾਮ ਦਾ ਕੋਨਸੈਪਟ ਕੀ ਹੈ, ਇਹਦੇ ਵਿੱਚ ਆਪਣੇ ਆਪ ਨੂੰ ਸੁਚੇਤ ਕਰਨਾ, ਵਾਰ ਵਾਰ ਇਹ ਦੱਸਣਾ, ਹੋਰ ਸਿੰਪਲ ਕਰ ਦਿਓ ਇਸ ਤਰੀਕੇ ਦੇ ਨਾਲ। ਆਪ ਦੇਖੋਗੇ ਜਿਵੇਂ ਕੋਈ ਪ੍ਰੋਫੈਸ਼ਨ ਲੈ ਲਓ ਤੁਸੀਂ, ਕਿਸੇ ਪ੍ਰੋਫੈਸ਼ਨ ਦੇ ਵਿੱਚ ਵੀ ਜਿੰਨੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਐਜੂਕੇਸ਼ਨ ਦਿੱਤੀ ਜਾਂਦੀ ਹੈ, ਡ੍ਰਿਲਿੰਗ ਹੁੰਦੀ ਹੈ, ਰੈਪੀਟੀਸ਼ਨ ਹੁੰਦੀ, ਵਾਰ ਵਾਰ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ, ਉਹੀ ਵਾਰ ਵਾਰ ਫੋਲੋ ਕਰਨੀਆਂ ਨੇ, ਵਾਰ ਵਾਰ ਫੋਲੋ ਕਰਨੀਆਂ ਨੇ। ਜਦੋਂ ਵਾਰ 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 ਫੋਲੋ ਕਰਦੇ ਰਹੋਗੇ ਇੱਕ ਲੈਵਲ ਐਸਾ ਆ ਜਾਏਗਾ ਐਕਸਪਰਟ ਹੋ ਜਾਓਗੇ ਉੱਥੇ ਜਾ ਕੇ। ਇਹ ਸੱਚ ਆ, ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੈਸਟਰਨ ਵਰਲਡ 'ਚ ਬੈਠੇ ਹਾਂ, ਇੱਥੇ ਤਾਲੀਮ ਲੈਣੀ, ਐਜੂਕੇਸ਼ਨ ਲੈਣੀ ਬੜੀ ਹਾਰਡ ਲੱਗਦੀ ਹੈ ਲੋਕਾਂ ਨੂੰ, ਕਿਉਂਕਿ ਜਿਹੜਾ ਪਾਸਿੰਗ ਮਾਰਕ ਆ ਉਹੀ 60 ਅਬਵ ਆ, ਜਿਹੜੇ 33 ਜਾਂ 40 ਦੇ ਕੋਨਸੈਪਟ 'ਚ ਤੁਰੇ ਹੁੰਦੇ ਉਹ ਲੱਗ ਕਹਿੰਦੇ ਇਹ ਕਿਹਸਾ ਸਿਆਪਾ ਆ, 60% ਨੂੰ ਤਾਂ ਕੋਈ ਗਿਣਦਾ ਹੀ ਨਹੀਂ। ਐਕਚੁਅਲੀ ਜਿਹੜੀ ਮਾਰਕਿੰਗ ਗਿਣੀ ਜਾਂਦੀ ਉਹ ਗਿਣੀ ਜਾਂਦੀ ਅਬਵ 70। ਫਿਰ ਜੇ ਕਿਤੇ ਕੁਛ ਚੰਗੇ ਰੂਪ ਵਿੱਚ ਫਿਰ ਕਿਹਾ ਜਾਂਦਾ ਚਲੋ ਐਟਲੀਸਟ 20+ ਤੇ ਹੋਣਾ ਚਾਹੀਦਾ ਨਾ, ਜੇ ਇਹ ਮਾਈਨਸ ਨਹੀਂ ਤੇ ਇੱਥੋਂ ਫਿਰ 85-95 ਜਿਹੜਾ ਹੈਗਾ 87 ਤੋਂ ਸ਼ੁਰੂ ਹੁੰਦੀ ਬਾਤ। ਸੋ ਇੱਕ ਬੜਾ ਹਾਇਰ ਸਟੈਂਡਰਡ ਰੱਖਿਆ ਉਸ ਤਰੀਕੇ ਦੇ ਨਾਲ, ਉਸ ਹਾਇਰ ਸਟੈਂਡਰਡ ਨੂੰ ਜਦੋਂ ਤੁਸੀਂ ਦੇਖਦੇ ਹੋ ਇਤਨੀ ਜ਼ਿਆਦਾ। ਹੁਣ ਯੂਨੀਵਰਸਿਟੀਜ਼ ਦੀ ਜਿਹੜੇ ਖਾਸ ਕਰਕੇ ਮਾਰਕਿੰਗ ਕੱਟ ਰੇਟ ਰੱਖੇ ਹੁੰਦੇ ਨੇ, ਪਹਿਲੇ 2 ਸਾਲਾਂ ਦੇ ਵਿੱਚ ਇਤਨੇ ਡਰੋਪ ਆਊਟ ਹੁੰਦੇ ਬੱਚੇ, ਰੋਂਦੇ ਵਿਲਕਦੇ, ਮੈਂ ਬੱਚੇ ਦੇਖੇ ਜਿਹੜੇ ਮਤਲਬ ਉਹ ਸਾਰਾ ਪ੍ਰੈਸ਼ਰ ਬਰਦਾਸ਼ਤ ਨਹੀਂ ਕਰ ਸਕਦੇ। ਇੰਨਾ ਕਿਉਂ ਪ੍ਰੈਸ਼ਰਾਈਜ਼ ਕਰਦੇ ਹੋ ਇਹਨਾਂ ਨੂੰ? ਇਸ ਕਰਕੇ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਕੰਮ ਆ ਨਾ, ਇਟਸ ਜਸਟ ਸ਼ੁੱਡ ਬੀ ਜਿਹੜਾ ਹੈਗਾ ਪੀਸ ਆਫ ਕੇਕ, ਇਸ ਤੋਂ ਵੱਧ ਨਾ ਹੋਏ। ਕੰਮ ਲੱਗੇ ਕੰਮ ਹੈ ਹੀ ਕੁਝ ਨਹੀਂ, ਇੰਨਾ ਐਕਸਪਰਟ ਕਰ ਦਿਓ ਇਸ ਲੈਵਲ 'ਤੇ। ਜਦੋਂ ਬਾਣੀ ਦੇ ਆਸ਼ 'ਚ ਅਸੀਂ ਦੇਖਦੇ ਹਾਂ ਨਾ, ਬਾਣੀ 'ਚ 1430 ਅੰਗ ਨੇ ਅੱਜ ਦੇ ਫਾਰਮੈਟ ਨੂੰ ਜਿਵੇਂ ਅਸੀਂ ਕੀਤਾ ਹੈਗਾ ਜਿਹੜਾ ਕੰਪਿਊਟਰਾਈਜ਼ ਪ੍ਰੈਸ ਦੇ ਅਕੋਰਡਿੰਗਲੀ, ਉਹਦੇ ਅੰਦਰ ਸ਼ਬਦਾਂ ਦੇ ਸ਼ਬਦ, ਹਜ਼ਾਰਾਂ ਦੇ ਹਜ਼ਾਰਾਂ ਸ਼ਬਦ ਨੇ। ਇੱਕੋ ਸ਼ਬਦ 'ਚ ਇੱਕ ਚੀਜ਼ 2-2-3-3 ਵਾਰੀ ਦੁਹਰਾ ਕੇ ਦੱਸੀ ਜਾਂਦੀ ਹੈ। ਜੇ ਬੰਦਾ ਇੰਨਾ ਸਿਮਰਨ ਲਗਾਤਾਰ ਅੰਦਰ ਕਰੇ, ਪੜ੍ਹੇ, ਸਮਝੇ, ਸਹਿਲਾਏ, ਫਿਰ ਦੱਸੇ ਆਪਣੇ ਆਪ ਨੂੰ, ਇੱਕ ਹਕੀਕਤ ਇਹ ਵੀ ਬਣੇਗੀ ਜਦੋਂ ਉਹ ਜਿਹਾ ਕਰਮ ਕਰਨ ਵਾਸਤੇ ਮਾਹੌਲ ਬਣੇਗਾ ਨਾ, ਬੰਦੇ ਦੇ ਅੰਦਰੋਂ ਆਪਣੇ ਆਪ ਆਵਾਜ਼ਾਂ ਆਉਣਗੀਆਂ, ਇਹ ਕੰਮ ਨਹੀਂ ਕਰਨਾ, ਇਹ ਨਹੀਂ ਕਰਨਾ, ਆਹ ਕਰਨਾ ਹੈ, ਆਹ ਨਹੀਂ ਕਰਨਾ, ਆਹ ਕਰਨਾ ਹੈਗਾ, ਆਇਆ ਮਨ ਇੱਥੇ ਜਾ ਕੇ ਅਵੇਅਰ ਹੋ ਗਿਆ ਹੈ। ਇਹੀ ਚੀਜ਼ ਬਚਾਉਂਦੀ ਹੈ, ਅਦਰਵਾਈਜ਼ ਬੰਦੇ ਨੂੰ ਕੋਈ ਚੀਜ਼ ਨਹੀਂ ਬਚਾ ਸਕਦੀ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਏ, ਗੁਰਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਏ। ਕਿਸੇ ਚੀਜ਼ ਨੂੰ ਕਰਨ ਦਾ ਇੱਕ ਪ੍ਰੋਪਰ ਕ੍ਰਾਈਟੀਰੀਆ, ਪ੍ਰੋਪਰ ਤਰੀਕੇਕਾਰਤਾ ਹੁੰਦੀ ਹੈ। ਹੁਣ ਤਰੀਕੇਕਾਰਤਾ ਦੇ ਵਿੱਚ ਆ, 2 ਮਹੀਨੇ 'ਚ ਕੋਈ ਬੰਦਾ ਰਨਰ ਨਹੀਂ ਬਣਦਾ, ਓਲੰਪਿਕ ਮੈਡਲ ਨਹੀਂ ਲੈ ਆਉਂਦਾ। ਹਾਂ, ਬਣ ਸਕਦਾ,
8-10 ਸਾਲ ਦੀ ਮਿਹਨਤ ਹੋਏ ਪਿੱਛੇ ਤੇ ਕੋਈ ਇਹੀ ਚੀਜ਼ ਸਹਿਜ ਦਾ ਮਾਇਨਾ ਕੀ ਹੈ ਸਹਿਜ ਦਾ ਮਾਇਨਾ ਇਹ ਨਹੀਂ ਸਿਰਫ ਸਲੋ ਕਰਨਾ ਸਹਿਜ ਦਾ ਮਾਇਨਾ ਹੈ ਇੱਕ ਨੈਚੁਰਲ ਪ੍ਰੋਸੈਸ ਵਿੱਚ ਜਾਣਾ ਅੱਜ ਕੱਲ੍ਹ ਤੁਸੀਂ ਫਲ ਦੇਖਦੇ ਹੋ ਫਲ ਕੈਮੀਕਲ ਲਗਾ ਕੇ ਜਾਂ ਜਿਹਨਾਂ ਨੂੰ ਖਾਸ ਕਰਕੇ ਅਨਨੈਚੁਰਲ ਵੇ ਦੇ ਨਾਲ ਪਕਾਇਆ ਜਾਂਦਾ ਹੈ ਉਹਨਾਂ 'ਚੋਂ ਮਿਠਾਸ ਉਹ ਟੇਸਟ ਉਹ ਹਮਕ ਨਹੀਂ ਹੁੰਦੀ ਉਹ ਖੁਸ਼ਬੂ ਨਹੀਂ ਹੁੰਦੀ ਐਗਜੈਕਟਲੀ ਇਹਦੇ ਜਿਹੜਾ ਹੈਗਾ ਰੂਪ ਵਿੱਚ ਅਸੀਂ ਕਿਆ ਕਹਿੰਦੇ ਹਾਂ ਸਹਿਜ ਪੱਕੇ ਸੋ ਮਿੱਠਾ ਹੋਏ ਫਲ ਟਾਹਣੀ 'ਤੇ ਲੱਗਾ ਇੱਕ ਕੁਦਰਤੀ ਵੇਗ ਵਿੱਚ ਕੁਦਰਤੀ ਰਫਤਾਰ ਨਾਲ ਹੌਲੀ ਹੌਲੀ ਕਰਕੇ ਪੱਕੇ ਬਹੁਤ ਸਵਾਦਿਸ਼ਟ ਆ ਇਨ ਬਿਨ ਜੀਵਨ ਦੇ ਵਿੱਚ ਤੁਸੀਂ ਇੱਕ ਨੈਚੁਰਲ ਪ੍ਰੋਸੈਸ ਵਿੱਚ ਜਾਓ ਲਗਾਤਾਰਤਾ ਨਾਲ ਤੁਰਦਿਆਂ ਤੁਰਦਿਆਂ ਉਸ ਕ੍ਰਾਈਟੀਰੀਆ ਨੂੰ ਉਸ ਖਾਸ ਕਰਕੇ ਡਿਸਿਪਲਿਨ ਨੂੰ ਫੋਲੋ ਕਰਦਿਆਂ ਹੋਇਆਂ ਤੁਹਾਨੂੰ ਜੀਵਨ ਦੇ ਅਸਲ ਸੁੱਖ ਸਕੂਨ ਪ੍ਰਾਪਤ ਹੋਣਗੇ ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਹੈ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਏ ਜੇ ਤੁਸੀਂ ਉਹਦੀ ਸਲਾਹਤਾ ਦੇ ਵਿੱਚ ਆਪਣੇ ਆਪ ਨੂੰ ਇਸ ਨਾਮ ਵਾਲੇ ਪਾਸੇ ਲਾ ਦਿਓਗੇ ਫਿਰ ਸਹਿਜ ਸੁਭਾਏ ਉਹ ਚੀਜ਼ ਪ੍ਰਾਪਤ ਹੋ ਜਾਏਗੀ ਜਿਹਨੂੰ ਪ੍ਰਾਪਤ ਕਰਨ ਵਾਸਤੇ ਜੀਵਨ ਮਿਲਿਆ ਹੈ ਇਹ ਰਹਾਉ ਦਾ ਬੰਦ ਸੀ ਅੱਗੇ ਜੋ ਹੈ ਵਿਆਖਿਆ 'ਚ ਕਾਫ਼ੀ ਕੁਝ ਆਪਣੇ ਸੁਣਿਆ ਹੋਣਾ ਕਿਉਂਕਿ ਸ਼ਬਦਾਂ 'ਚ ਬੜੀਆਂ ਇਗਜ਼ਾਮਪਲਸ ਕੀਤੀਆਂ ਗਈਆਂ ਨੇ ਇਹਦੇ 'ਚ ਇਹਨਾਂ ਸ਼ਬਦਾਂ 'ਚ ਨਾਮਾ ਭਗਤ ਨਾਮਦੇਵ ਦਾ ਛਿਮ ਭਗਤ ਜਿਹੜਾ ਹੈਗਾ ਕਬੀਰ ਜੀ ਦਾ ਭਗਤ ਉਸ ਰੂਪ ਵਿੱਚ ਪ੍ਰਹਿਲਾਦ ਦਾ ਇਹਨਾਂ ਸਾਰਿਆਂ ਦਾ ਜ਼ਿਕਰ ਆਉਂਦਾ ਇਹ ਸਾਰਾ ਇਸ ਸ਼ਬਦ ਭਰਿਆ ਹੋਇਆ ਜਿਸ ਪਦੇ 'ਤੇ ਅੱਜ ਅਸੀਂ ਜਿੱਥੋਂ ਵਿਆਖਿਆ ਕਰਨੀ ਹੈ ਅਗਲੇ ਪੜਾਅ ਦੇ ਵਿੱਚ ਉਹ ਹੈ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਖੱਟ ਦਰਸ਼ਨ ਜੋਗੀ ਸੰਨਿਆਸੀ ਅੱਜ ਸਾਡੇ ਘਰ ਇੱਕ ਗੱਲ ਮੰਨੀ ਜਾਂਦੀ ਹੈ ਕਿ ਨਾ ਗਿਆਨ ਬਹੁਤ ਹੋਣਾ ਚਾਹੀਦਾ ਬੰਦੇ ਨੂੰ ਗਿਆਨ ਬਚਾਉਂਦਾ ਹੈਗਾ ਗਿਆਨ ਦੋ ਚੀਜ਼ਾਂ ਦੇਖੋ ਇਹਨੂੰ ਅੰਗਰੇਜ਼ੀ ਜ਼ਬਾਨ ਵਿੱਚ ਦੋ ਵਰਡ ਯੂਜ਼ ਕਰਦੇ ਹਾਂ ਅਸੀਂ ਇਨਫੋਰਮੇਸ਼ਨ ਵਰਸਿਸ ਨੌਲੇਜ ਲੋਕ ਕਹਿੰਦੇ ਵਟ ਇਜ਼ ਦ ਡਿਫਰੈਂਸ ਬਿਟਵੀਨ ਇਨਫੋਰਮੇਸ਼ਨ ਐਂਡ ਨੌਲੇਜ ਹਾਲਾਂਕਿ ਫਿਲੋਸਫੀਕਲ ਗੱਲ ਆ ਕੋਈ ਬੰਦਾ ਆਰਗੂ ਕਰ ਸਕਦਾ ਇਹਦੇ ਉੱਤੇ ਆਪਣੇ ਰੂਪ ਦੇ ਵਿੱਚ ਤੁਸੀਂ ਬੁੱਕ ਪੜ੍ਹਦੇ ਹੋ ਸਪੋਜ਼ ਡਰਾਈਵਿੰਗ ਸਿੱਖਣ ਵਾਸਤੇ ਅਤੇ ਉਹਦੇ 'ਚ ਦੱਸਿਆ ਹੁੰਦਾ ਜਦੋਂ ਇਸ ਤਰ੍ਹਾਂ ਦਾ ਸਾਈਨ ਆ ਜਾਏ ਅਤੇ ਉੱਥੇ ਤੁਸੀਂ ਸਟੋਪ ਲਿਖਿਆ ਹੈਗਾ ਸਟੋਪ ਸਾਈਨ ਆ ਤੁਸੀਂ ਗੱਡੀ ਰੋਕਣੀ ਹੈ ਫਿਰ ਤੋਰਨੀ ਹੈ ਠੀਕ ਇਹ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਉਹਨੇ ਇਹ ਇਨਫੋਰਮੇਸ਼ਨ ਨੌਲੇਜ ਵਿੱਚ ਉਦੋਂ ਕਨਵਰਟ ਹੋਏਗੀ ਜਦੋਂ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਸਾਹਮਣੇ ਸਟੋਪ ਸਾਈਨ ਆ ਤੁਸੀਂ ਉੱਥੇ ਬ੍ਰੇਕ ਲਗਾਏ ਰੁਕੇ ਫਿਰ ਤੁਰੇ ਮੀਨ ਯੂ ਗੈਟ ਦੈਟ ਨੌਲੇਜ ਹੁਣ ਪ੍ਰੋਸੈਸ ਹੋ ਗਈ ਇਹ ਚੀਜ਼ ਨਹੀਂ ਤਾਂ ਇਨਫੋਰਮੇਸ਼ਨ ਤਾਂ ਬੜੀ ਪਈ ਹੈ ਧਰਤੀ ਦੇ ਉੱਤੇ ਸਾਡੇ ਸਾਰਿਆਂ ਦੇ ਮੋਸਟਲੀ ਸੋਸ਼ਲ ਮੀਡੀਆ ਦੇ ਅਕਾਊਂਟ ਭਰੇ ਪਏ ਨੇ ਸਮਾਰਟਫੋਨ ਸਾਰੇ ਭਰੇ ਪਏ ਨੇ ਲੋਕ ਚੜ੍ਹਦੀ ਸਵੇਰ ਜਿਉਂ ਲੱਗਦੇ ਮੈਸੇਜ ਇੱਕ ਦੂਜੇ ਨੂੰ ਜਿਹੜਾ ਹੈਗਾ ਭੇਜਣ ਰਿਸੀਵ ਕਰਨ ਉੱਧਰੋਂ ਜਿਹੜੇ ਨੇ ਡਿਵਾਈਸਿਸ ਚੰਗੀਆਂ ਚੰਗੀਆਂ ਗੱਲਾਂ ਜੇ ਇੰਨੀਆਂ ਚੰਗੀਆਂ ਗੱਲਾਂ ਹਵਾ ਵਿੱਚ ਤੁਰੀਆਂ ਫਿਰਦੀਆਂ ਨੇ ਇਹਦਾ 10% ਵੀ ਬੰਦੇ ਦੇ ਦਿਮਾਗ 'ਚੋਂ ਕਿਤੇ ਮੈਨੀਫੈਸਟ ਹੋ ਕੇ ਪ੍ਰੋਸੈਸ ਹੋ ਜਾਏ ਕਮਾਲ ਹੋ ਜਾਏ ਇਹ ਸਾਰੀ ਇਨਫੋਰਮੇਸ਼ਨ ਹੈ ਨੌਲੇਜ ਨਹੀਂ ਹੈਗੀ ਇਹ ਸਾਰਾ ਇਸੇ ਤਰ੍ਹਾਂ ਹੀ ਹੈ ਜਿਵੇਂ ਭਾਰਤੀ ਖਿੱਤੇ ਦੇ 'ਚ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਸ਼ਾਸਤਰ ਲਿਖੇ ਪਏ ਸੀ ਵੱਡੇ ਵੱਡੇ ਗ੍ਰੰਥ ਲਿਖੇ ਪਏ ਸੀ ਭੋਜ ਪੱਤਰਾਂ ਦੇ ਅਤੇ ਹੋਰ ਜਗ੍ਹਾ ਦੇ ਉੱਤੇ ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਖੱਟ ਦਰਸ਼ਨ 6 ਜਿਹੜੇ ਵੱਡੇ ਸ਼ਾਸਤਰ ਜਿਨ੍ਹਾਂ ਨੇ ਈਸਟਰਨ ਸਕੂਲ ਦੀ ਪੂਰੀ ਫਿਲੋਸਫੀ ਦੀ ਦੁਨੀਆ ਸਟੈਬਲਿਸ਼ ਕੀਤੀ ਹੈ ਅੱਜ ਵੀ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਬੜੇ ਫਿਲੋਸਫਰ ਮਿਲ ਜਾਂਦੇ ਨੇ ਅੱਜ ਹੀ ਮੇਰੀ ਬਾਤ ਹੋ ਰਹੀ ਸੀ ਸਾਡੇ ਇੱਕ ਸੱਜਣਾਂ ਦੇ ਨਾਲ ਅਤੇ ਉਹ ਕਹਿ ਰਹੇ ਸੀਗੇ ਮੈਨੂੰ ਕਹਿ ਰਹੇ ਸੀਗੇ ਭਾਈ ਸਾਹਿਬ ਸਿੱਧਕ ਲੈਕਚਰ ਦੇ ਕੇ ਲੈਕਚਰ ਸੁਣ ਕੇ ਸਿੱਖਿਆ ਜਾਂਦਾ ਹੈ ਕਿ ਸਿੱਧਕ ਜੀਵਨ 'ਚ ਜੀ ਕੇ ਸਿੱਖਿਆ ਜਾਂਦਾ ਹੈਗਾ ਬੜੇ ਧਿਆਨ ਨਾਲ ਸੁਣਿਆ ਜੇ ਫਿਰ ਜੇ ਸਿੱਧਕ ਆ ਜੇ ਕੋਈ ਪੇਸ਼ੈਂਸ ਆ ਤੁਸੀਂ ਲੈਕਚਰ ਸੁਣ ਕੇ ਲੈਕਚਰ ਕਰਕੇ ਸਿੱਖੋਗੇ ਜਾਂ ਉਹਨੂੰ ਹੌਲੀ ਹੌਲੀ ਅਡੋਪਟ ਕਰਕੇ ਹਾਂ ਨੌਲੇਜ ਚਾਹੀਦੀ ਹੈ ਕਿਤੋਂ ਨਾ ਕਿਤੋਂ ਕੋਈ ਸੋਰਸ ਬਣੇਗਾ ਪਰ ਉਹ ਸੋਰਸ ਜਿੰਨੀ ਦੇਰ ਤੱਕ ਪ੍ਰੋਸੈਸ ਨਹੀਂ ਹੁੰਦਾ ਉਨੀ ਦੇਰ ਤੱਕ ਉਹਨੇ ਉਸ ਰੂਪ ਵਿੱਚ ਤੁਹਾਨੂੰ ਜਲਵਾ ਨਹੀਂ ਵਿਖਾਉਣਾ ਇਹ ਉਲਾਮਾ ਇਕਬਾਲ ਦਾ ਇੱਕ ਬੜਾ ਮਹੀਮ ਸ਼ੇਰ ਹੈਗਾ ਗਜ਼ਲ ਹੈ ਵੈਸੇ ਬੜੀ ਲੰਮੀ ਚੌੜੀ ਲਤਾਫਤ ਬੇਕਸਾਫਤ ਜਲਵਾ ਪੈਦਾ ਕਰ ਨਹੀਂ ਸਕਤੀ ਕਿ ਚਮਨ ਜ਼ੰਗਾਰ ਹੈ ਆਇਨਾਏ ਬਾਗ ਬਹਾਰੀ ਕਾ ਲਤਾਫਤ ਬੇਕਸਾਫਤ ਲਤਾਫਤ ਕਹਿੰਦੇ ਨੇ ਜਿਵੇਂ ਅਸੀਂ ਭਗਤ ਫਰੀਦ ਸ਼ਬਦ ਪੜ੍ਹਦੇ ਹਾਂ ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖ ਨਾ ਲੇਖ ਲਤਾਫਤ ਇੱਥੋਂ ਆਈ ਲਤਾਫਤ ਦਾ ਮਤਲਬ ਹੈ ਬੜੀ ਸੂਖਮ ਬੁੱਧੀ
ਇਤਨੀ ਸੂਖਮ ਬੁੱਧੀ ਬੰਦਾ ਫਿਲੋਸਫਰ ਹੋਏ, ਉਹਨੂੰ ਜਿਹੜੀ ਹੈ ਫਲਸਫਾਨਾ ਪੱਖ ਹੋਏ, ਗੱਲਾਂ ਦੇ ਨਾਲ ਵਾਲਾਂ ਦੀਆਂ ਖੱਲਾਂ ਲਾ ਦੇ, ਇਸ ਰੂਪ ਦੇ ਵਿੱਚ ਹੋਏ ਬੜਾ ਸਿਆਣਾ, ਬੜੀ ਮਹੀਮ ਗੱਲ ਕਰਦਾ, ਬੜੀ ਮਹੀਮ ਬੁੱਧੀ ਏ, ਲਤਾਫਤ ਬੇਕਸਾਫਤ। ਕਸਾਫਤ ਕਹਿੰਦੇ ਨੇ ਸਥੂਲ ਨੂੰ। ਹੁਣ ਜਿਹੜੀ ਸਾਡੇ ਜੀਵਨ ਦੇ ਵਿੱਚ ਸੂਖਮ ਚੀਜ਼ ਆ ਉਹ ਹੈਗੀ ਰੂਹ। ਰੂਹ ਕੋਈ ਜਲਵਾ ਨਹੀਂ ਪੈਦਾ ਕਰ ਸਕਦੀ ਜਿੰਨੀ ਦੇਰ ਤੱਕ ਅਸਾਲਮ ਕਲਬੂਤ ਨਹੀਂ ਮਿਲਦਾ ਉਹਨੂੰ। ਇਹ ਸਥੂਲ ਆ, ਜੇ ਇਹ ਸਥੂਲ ਮਿਲੇਗਾ ਤਾਂ ਰੂਹ ਜਲਵਾ ਵਿਖਾਏਗੀ, ਨਹੀਂ ਤੇ ਰੂਹ ਇਕੱਲੀ ਜਲਵਾ ਨਹੀਂ ਵਿਖਾ ਸਕਦੀ। ਜਿਹੜੀਆਂ ਬੜੀਆਂ ਸਿਆਣੀਆਂ ਗੱਲਾਂ ਨੇ, ਬੜੀ ਫਿਲੋਸਫੀ ਵਾਲੀ ਬਾਤ ਆ, ਜਿੰਨੀ ਦੇਰ ਤੱਕ ਉਹਨੂੰ ਅਮਲ ਵਿੱਚ ਨਹੀਂ ਲੈ ਕੇ ਆਉਂਦੇ ਉਨੀ ਦੇਰ ਤੱਕ ਉਹਦੇ ਚੋਂ ਕੋਈ ਜਲਵਾ ਪੈਦਾ ਨਹੀਂ ਹੁੰਦਾ। ਤੇ ਪ੍ਰੈਕਟੀਕਲ ਜਿਹੜਾ ਬਹੁਤ ਆਈਡੀਅਲ ਆ ਉਹ ਕਈ ਵਾਰੀ ਪ੍ਰੈਕਟੀਕਲ ਵੀ ਨਹੀਂ ਉਕੇਰਿਆ ਜਾ ਸਕਦਾ। ਹੁਣ ਜਿਹੜੀ ਇੱਥੇ ਬਾਤ ਹੋ ਰਹੀ ਹੈ ਨਾ, ਖਟ ਦਰਸ਼ਨ ਜੋਗੀ ਸੰਨਿਆਸੀ, ਜੋਗੀ ਪ੍ਰੈਕਟਿਸ ਲਾਈਕ ਏ ਮੌਂਕ। ਜਿਹੜੇ ਮੌਂਕ ਹੁੰਦੇ ਨੇ, ਜਿਹੜੇ ਸੰਸਾਰ ਰਿਨਾਊਂਸ ਕਰ ਦਿੰਦੇ, ਤਿਆਗੀ, ਅਸੀਂ ਸੰਸਾਰ ਤਿਆਗ ਦਿੱਤਾ। ਕਿੰਨਾ ਨੋਨ ਪ੍ਰੈਕਟੀਕਲ ਕਾਨਸੈਪਟ ਆ, ਕੌਣ ਤਿਆਗ ਸਕਦਾ ਸੰਸਾਰ ਨੂੰ? ਕੀ ਤਿਆਗੋਗੇ ਸੰਸਾਰ ਦੇ ਵਿੱਚੋਂ? ਸੰਸਾਰ ਵਿੱਚ ਵੱਧ ਤੋਂ ਵੱਧ ਇਹ ਤਿਆਗ ਦਿਓਗੇ ਕਿ ਮੈਂ ਨਾ ਕੰਮ ਨਹੀਂ ਕਰਨਾ, ਮੈਂ ਪੈਸੇ ਨਹੀਂ ਕਮਾਉਣੇ, ਮੈਂ ਆਪਣੇ ਕੋਲ ਆਪਣਾ ਵਾਲਟ ਨਹੀਂ ਰੱਖਣਾ, ਪਰਸ ਨਹੀਂ ਰੱਖਣਾ, ਇਹ ਚੀਜ਼ਾਂ ਇਹ ਤਿਆਗ ਦਿਓਗੇ? ਇਸ ਤੋਂ ਵੱਡਾ ਬੰਦਾ ਤਿਆਗ ਕੀ ਕਰੇਗਾ? ਬੰਦਾ ਕਹੇਗਾ ਨਹੀਂ ਨਹੀਂ, ਹੋਰ ਤਿਆਗ ਕੀ ਹੈ? ਤਿਆਗ ਕਰੇਗਾ ਰੋਟੀ ਦਾ? ਨੋ ਵੇ, ਰੋਟੀ ਦਾ ਤਿਆਗ ਕੌਣ ਕਰ ਸਕਦਾ ਹੈ? ਕਿਉਂ? ਕਿਉਂਕਿ ਭੁੱਖ ਦਾ ਤਿਆਗ ਨਹੀਂ ਹੋ ਸਕਦਾ। ਭੁੱਖ ਤੇ ਕੁਦਰਤੀ ਤੌਰ ਤੇ ਹੈ ਨਾ, ਉਹ ਤੇ ਆਏਗੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ। ਕੀ ਰਾਜਾ, ਕੀ ਰੰਗ, ਕੀ ਬਿਮਾਰ, ਕੀ ਗੁਨੇਗਾਰ, ਕੀ ਸਿਆਣਾ, ਕੀ ਮੂਰਖ, ਭੁੱਖ ਤੇ ਹਰ ਇੱਕ ਨੂੰ ਲੱਗੇਗੀ, ਕੁਦਰਤ ਦੇ ਰਹੀ ਹੈ। ਉਸ ਅੱਗ ਨੂੰ ਤੇ ਬੁਝਾਓਗੇ ਨਾ, ਉਹਦੇ ਵਾਸਤੇ ਰੋਟੀ ਤੇ ਚਾਹੀਦੀ ਹੈ। ਸੰਨਿਆਸੀ ਘਰ ਛੱਡ ਸਕਦਾ? ਜੋਗੀ ਇਸਤਰੀ ਦਾ ਤਿਆਗ ਕਰ ਦੇਗਾ, ਜੋਗੀ ਬੱਚਿਆਂ ਦਾ ਤਿਆਗ ਕਰ ਦੇਗਾ, ਪਰ ਭੁੱਖ ਦਾ ਤਿਆਗ ਕਿਵੇਂ ਕਰੇਗਾ? ਖੱਪਰ ਫੜੇਗਾ ਹੱਥ ਦੇ ਵਿੱਚ, ਮੰਗਤਾ ਬਣੇਗਾ। ਇਹ ਹੈ ਪ੍ਰੈਕਟੀਕਲ ਵੇ ਨਾਲ ਦੇਖੋ, ਇਹ ਪੋਸੀਬਲ ਹੀ ਨਹੀਂ ਹੋ ਸਕਦਾ। ਇਸ ਕਰਕੇ ਬਾਬਾ ਜੀ ਨੇ ਕਿਹਾ, ਕਾਹਦੇ ਸ਼ਾਸਤਰ ਨੇ ਜਿਹੜੇ ਕਹਿੰਦੇ ਨੇ ਸੰਸਾਰ ਤਿਆਗ ਦਿਓ, ਜਦੋਂ ਪ੍ਰੈਕਟੀਕਲ ਪੋਸੀਬਲ ਹੀ ਨਹੀਂ ਚੀਜ਼? ਇਟਸ ਨੋਟ, ਇਹ ਇਸ ਚੀਜ਼ਾਂ ਨਾਲ ਦੁਨੀਆ ਨਹੀਂ ਚੱਲ ਸਮਝ ਨਹੀਂ ਆਉਂਦੀ, ਇਹਦੇ ਨਾਲ ਬੰਦਾ ਰੂਹਾਨੀ ਤੌਰ ਤੇ ਕਿਤੇ ਉੱਚਲੇ ਮੰਡਲ 'ਚ ਨਹੀਂ ਪਹੁੰਚਦਾ। ਇਹ ਹੈ ਚੀਜ਼ਾਂ ਨੂੰ ਇਸ ਤਸੱਵਰ 'ਚ ਦੇਖੋ। ਇੱਥੇ ਜ਼ਿਕਰ ਕੀਤਾ, ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਗੁਰ ਇੱਥੇ ਹੈ ਪ੍ਰੋਪਰ ਗਾਈਡਲਾਈਨਸ, ਕਾਇੰਡ ਆਫ ਜਿਹੜੀ ਜਿਵੇਂ ਨਾ ਕਿਸੇ ਚੀਜ਼ ਨੂੰ ਅਸੀਂ ਆਊਟਲਾਈਨ ਕਰਦੇ ਹੈਗੇ ਹਾਂ ਕਿ ਆਹ ਕ੍ਰਾਈਟੀਰੀਆ ਫੋਲੋ ਕਰੋਗੇ, ਆਹ ਚੀਜ਼ ਬਣੇਗੀ। ਗੁਰੂ ਸਾਹਿਬ ਨੇ ਇੱਕ ਇੰਸਟੀਟਿਊਸ਼ਨ ਬਿਲਡ ਕਰਕੇ ਸਾਨੂੰ ਦਿੱਤਾ, ਉਹਦੇ ਕ੍ਰਾਈਟੀਰੀਆ ਦੱਸਿਆ, ਆਹ ਫੋਲੋ ਕਰੋ, ਉਸ ਮੰਜ਼ਿਲ ਤੇ ਪਹੁੰਚ ਜਾਓਗੇ। ਮੈਂ ਆਨੰਦ ਦੀ ਬਾਤ ਕਰ ਰਿਹਾ ਸੀ। ਬਾਬਾ ਅਮਰਦਾਸ ਜੀ ਨੇ ਕਿਹਾ ਸੀਗਾ ਵੀ ਆਨੰਦ ਭਇਆ ਮੇਰੀ ਮਾਏ। ਇਹ ਗੱਲ ਕਿਸੇ ਹੋਰ ਨਾਲ ਨਹੀਂ ਹੋ ਰਹੀ, ਆਪਣੀ ਮਤ ਨਾਲ ਹੋ ਰਹੀ ਹੈ। ਜਿਹੜੀ ਮਤ, ਜਿਹੜਾ ਬੰਦਾ ਇੰਟਲੈਕਟ ਆ ਨਾ, ਇਹ ਮੋਸਟਲੀ ਹੋਪਲੈਸ ਹੁੰਦਾ, ਇਹਦੇ 'ਚ ਹੋਪ ਨਹੀਂ ਹੁੰਦੀ। ਹੋਪ ਮਨ ਰੱਖਦਾ ਹੈ, ਮਨ ਕਿਤੇ ਨਾ ਕਿਤੇ ਕਹਿੰਦਾ ਕੋਈ ਨਾ ਠੀਕ ਹੋਏਗਾ। ਮਤ ਵਾਰ ਵਾਰ ਕਹਿ ਰਹੀ ਹੁੰਦੀ ਹੈ ਕੁਛ ਨਹੀਂ ਹੋਣਾ, ਇਹ ਨਹੀਂ ਹੋ ਸਕਦਾ, ਨਾ ਨਾ, ਕਿਉਂਕਿ ਮਤ ਇੰਟਲੈਕਟ ਨੂੰ ਪਤਾ ਮੇਰੀ ਐਬਿਲਿਟੀ ਕਿੰਨੀ ਕਿਆ, ਰਿਸੋਰਸਿਸ ਕਿੰਨੇ ਕੁ ਨੇ। ਇਸ ਕਰਕੇ ਜਿਹੜਾ ਬੰਦਾ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੋਣਾ ਕਦੀ, ਜਿਹੜੇ ਲੋਕੀ ਰਿਸਕ ਟੇਕਰ ਹੁੰਦੇ ਨੇ ਨਾ, ਉਹ ਬਹੁਤੇ ਸਿਆਣੇ ਲੋਕ ਨਹੀਂ ਹੁੰਦੇ, ਕਿਸੇ ਬਿਜ਼ਨਸ 'ਚ ਵੀ ਲੈ ਲਓ ਤੁਸੀਂ। ਜਿਹੜਾ ਬੰਦਾ ਬਹੁਤ ਸੋਚਦਾ ਆ, ਬੜਾ ਵਾਰ ਵਾਰ ਚੀਜ਼ਾਂ ਨੂੰ ਅਕਲ ਦੇ ਨੁਕਤੇ ਨਾਲ ਵੇਖਦਾ ਹੈਗਾ, ਉਹ ਬੰਦਾ ਕਿਤੇ ਵੀ ਨਹੀਂ ਪਹੁੰਚਦਾ। ਰੀਜ਼ਨ, ਕਿਉਂਕਿ ਉਹ ਕੰਮ ਹੀ ਨਹੀਂ ਕਰਨ ਦਿੰਦੀ, ਉਹ ਇੰਟਲੈਕਟ ਜਿਹੜਾ ਹੈਗਾ ਉਹ ਵਾਰ ਵਾਰ ਡਿਸਟਰੈਕਟ ਕਰਦਾ, ਉਹ ਕਹਿੰਦਾ ਨਹੀਂ 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 ਆਹ ਨਹੀਂ ਠੀਕ, ਆਹ ਨਹੀਂ ਠੀਕ। ਇਸ ਰੂਪ ਦੇ ਵਿੱਚ ਉਹ ਹੋਪਲੈਸ ਬਣਾ ਦਿੰਦਾ ਹੈਗਾ। ਅਧਿਆਤਮੀ ਤਲ ਤੇ ਵੀ ਜਿਵੇਂ ਜਿਵੇਂ ਸਾਡਾ ਇੰਟਲੈਕਟ ਬੜਾ ਸ਼ਾਰਪਨ ਹੋ ਰਿਹਾ ਹੈਗਾ, ਅਸੀਂ ਸਪਿਰਚੁਅਲਿਟੀ ਤੋਂ ਬਾਗੀ ਹੋ ਰਹੇ ਹਾਂ। ਲੋਕਾਂ ਨੂੰ ਰੂਹਾਨੀ ਗਿਆਨ, ਰੂਹਾਨੀ ਸਮਝ, ਉਹ ਆਤਮਕ ਸ਼ਾਂਤੀ ਦਾ ਰੰਗ ਲੋਕ ਕਹਿੰਦੇ ਫੇਕ ਹੈ, ਝੂਠ ਹੈ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਬੌਧਿਕਤਾ ਦੱਸਦੀ ਹੈ ਇਹ ਪੋਸੀਬਲ ਹੀ ਨਹੀਂ ਹੈਗਾ। ਇਹ ਐਵੇਂ ਮਾਰਦੇ ਗੱਲਾਂ, ਇਹ ਐਵੇਂ ਬੇਕਾਰ ਆ ਸਭ। ਇੱਥੇ ਗੁਰੂ ਅਮਰਦਾਸ ਸਾਹਿਬ ਆਪਣੀ ਮਤ ਨੂੰ ਕਹਿੰਦੇ ਆਨੰਦ ਭਇਆ ਮੇਰੀ ਮਾਏ। ਉਹ ਮਤ ਵੇਖ ਤੇ ਸਹੀ ਕੀ ਖੇੜਾ ਬਣ ਗਿਆ, ਉਹ ਖੁਸ਼ੀ ਦੀ ਮੰਜ਼ਿਲ ਮਿਲ ਗਈ ਜਿਹਦੀ ਕਦੀ ਉਮੀਦ ਵੀ ਨਹੀਂ ਸੀ ਤੂੰ ਕਰਦੀ, ਪਰ ਮਿਲੀ ਕਿਵੇਂ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
क्योंकि सतगुरु प्राप्त हो गया। एक पूरा इंस्टीट्यूशन जिन्हें दस दिता, जिवें सपोज करो आपनू कोई काम करना नहीं ना आता, किसी सियाने जिन्हों करना आता है उहदे कोलों स्टैप्स पुछ लवो, वह फॉलो कर लो, काम हो जाएगा, डन। इट्स इना ईजी है, पर बाणी कहती है कि ये जड़ा राह है ना, जड़ा धर्म की असल च पौड़ी हैगी है, ये सच का मार्ग धर्म की पौड़ी, को वड भागी पाए, कोई वड्डे भागा वाला, कोई बड़ी सरबुलंदगी होए, मतवानता होए, उन्हूं ये चीज़ अपील कर दी है, अदरवाइज बंदे नूं अपील ही नहीं कर दी। इत्थे महाराज जिक्र करदे ओ जोगी, ओ सन्यासी, ओ वड्डे फिलोसफर, खट दर्शन जोगी सन्यासी बिन गुरु भरम भुलाए, बिना इस क्राइटीरिए नूं फॉलो कीतिआं भटकणा तो बिना तेरे जीवन च कुछ नहीं हैगा। सतगुर सेवें तां गत मित पावें, हर जियो मन वसाए। आप किन्नी वारी शब्द पढ़दे होए बाणी दे विच, नाल याने दोस्ती कदे ना आवै रास, उहदे जिक्र आया जे एक अद चंगी करै दूजी पीवे रास। अब्बल ते हुंदी नहीं चंगी, ये होनी नहीं, जे हो गई ते फिर होना पता की है, दूजी जदों दूजा स्टैप लैना सब खराब कर देना हैगा। आपू थापे सियाने जिहड़ा हैगा मुझ मातड़ वर्गे अदने तुहानूं बहुत मिल जाणगे, एक बड़ा चंगा काम, चंगी गल, चंगा कुछ करता, दूजा स्टैप लिया पता लग गया मूर्ख है, तो एदू तो मूर्ख कोई हो ही नहीं सकता, इन्नी वकल नहीं हैगी इहनूं। इत्थे जाके पता लगा ये बंदा चलाकी नाल चल रहा सी थोड़ा बहुता, जिहड़ा साहब ने जिक्र किया ना, सतगुर सेवें तां गत मित पावें, गत मित पाए पाउणी बंदे दी जिहड़ी सैल्फ रिस्पैक्ट आ, बंदे दी जिहड़ी होंद आ, प्रेजेंस आ, ये किसी दुख विच ना जावे। गत मित मरण तो बाद गति हुंदी कहिंदे ने, ये भारतीय खिते च आ, दुनिया पद्धर ते मन्निया गया बंदे नूं जिहड़ी हैवन मिलदी है उहदी सैलवेशन हो जांदी है। बाणी कहिंदी ज्यौंदे जी, पर होएगी तां जे मित होएगी, जे बंदे नूं संसार दे विच विचरना आवेगा, जीना आवेगा। सतगुर सेवें तां गत मित पावें, हर जियो मन वसाए, हौली हौली मन दे विच चंगे राह पै पावा आ के वस जांदा है। बंदा आले दुआले माहौल हुंदा है, डिस्ट्रैक्शन दा भी हुंदा, होर चीज़ां दा भी हुंदा। सिंपल एग्जाम्पल कर देना फिर, क्योंकि फिलोसफिकली गल फिर भारी हो जाती है। मैं इस समर च वैसटन लंडन यूनिवर्सिटी बच्चों के ग्रुप में बैठा सी, यंग बच्चे सी, तो बड़ी वरायटी मिलती वेखन कई बार, इको जगह पर रेंदे लोग, संगत का बड़ा असर हुंदा है। पांच बच्चे ने, पंजां दे विच्चों तिन्नां दी हालत ते है, चीट कर रहे ने, झूठ बोल रहे ने, दो ड्रॉप आउट ने यूनिवर्सिटी चों, घरदिआं नूं दस्सिआ नहीं, उत्थे इस करके रह रहे ने, नशे कर रहे ने, फन कर रहे ने, गड्डियां भजा रहे ने, घर दे खर्चा भेज रहे ने, भी बच्चे पढ़ रहे ने, हालत बनी है। दो ऑलमोस्ट कुछ कर रहे ने, कुछ नहीं कर रहे। उन्हां च इक बच्चा मैं देखिआ, वह बिल्कुल उन्हूं उहदी हालत यह है कि जे टैसट दे विच 50 मार्क्स आने चाहिए है ना, 50 का फुल स्कोर आ, तो वो 49.5 आ गए ने, वो रात सारी सौंदा नहीं आता, कहता नो नो दैट्स नॉट गुड, आई एम लूजिंग माई मार्क्स, दिस इज नॉट गुड, हाउ कम, ये हालत है वो। जो मैं इस किस्म के नाल देखा तो मैं उन्होंने पूछया, मैं क्या भी आरा तुरै फिर नेरे दे नाल चानण तुरिया फिरदा, यह गल गड़बड़ की हो गई, सारे सारी है, तो बिल्कुल ही मिसमैच आ। मैं क्या तुहाडी फ्रेंडशिप किवें दी है, तो वह काफ़ी गल्लां पता लगियां, कई दिन बाद डिटेल करा, मैं टूक मात्र वेरवा दे के इतने वाइंड अप करदा बचन दे उत्ते। जो ये बात हुई ना, तो वह जिहड़ा बच्चा जिहड़ा मैं कह रहा अद्धे मार्क्स तो भी जिहड़ा अपने आप नाल लड़ पैंदा झगड़ पैंदा, वह कहिंदा सच है ये तो मूर्ख ने, दे आर नोट एक्चुअली looking forward or looking actually toward their future. I am looking toward my future. मैं अपना future पता कितने देख रहा, मैं अमेरिका की एक बड़ी वड्डी फर्म दे अपने आप नू देख रहा, उत्थे जाना, ते मैनू पक्का पता आ भी जे मैं इन्ना डिसिपलिन ना फॉलो किया तो मेरा वो गोल जिहड़ा वो रह जाना है। ये हुण मन दे विच ऑलरेडी टारगेट सैट हो रहा है।
ਮੈਂ ਸੰਸਾਰਕ ਪ੍ਰਾਪਤੀ ਵਾਲੇ ਪਾਸੇ ਇੱਕ ਅਚੀਵਮੈਂਟ ਵਾਲੇ ਪਾਸੇ ਗੱਲ ਕੀਤੀ ਹੈਗੀ ਹੈ। ਅਧਿਆਤਮੀ ਤਲ 'ਤੇ ਵੀ ਬੰਦੇ 'ਚ ਹੁੰਦਾ ਆ, ਬੰਦਾ ਕਹੇ ਮੈਂ ਕਿਉਂ ਆਪਣੀ ਆਤਮਕ ਮਾਨਸਿਕ ਸ਼ਾਂਤੀ ਖਰਾਬ ਕਰਨੀ ਹੈ, ਮੈਂ ਬਹੁਤ ਦੂਰ ਜਾਣਾ ਹੈ। ਦੇਖੋ ਚੀਜ਼ਾਂ ਬਹੁਤ ਸਾਰੀਆਂ, ਜਿਵੇਂ ਸੰਸਾਰ ਵੀ ਚੰਗੀ ਤਰ੍ਹਾਂ ਚਲਾਉਣਾ ਨਾ ਤੁਸੀਂ। ਹੁਣ ਹੁੰਦਾ ਆ ਕਈ ਵਾਰੀ ਮੈਂ ਦੇਖਦਾ, ਮੈਂ ਖੁਦ ਐਜ ਏ ਪੇਰੈਂਟ ਬੀਂਗ ਏ ਪੇਰੈਂਟ ਬਹੁਤ ਸਾਰੀਆਂ ਚੀਜ਼ਾਂ ਨਾਲ ਸਾਨੂੰ ਦੋ ਚਾਰ ਹੋਣਾ ਪੈਂਦਾ ਕਈ ਵਾਰੀ। ਅਤੇ ਹੋਏਗਾ ਇੱਥੇ ਹੈਗੇ ਇੱਕ ਭੈਣ ਜੀ, ਅਤੇ ਬੇਟਾ ਕਿਸੇ ਗਰੁੱਪ ਵਿੱਚ ਆ ਗਿਆ, ਇਨਵੋਲਵ ਹੋ ਗਿਆ, ਅਤੇ ਬੜੀ ਵੱਡੀ ਇੱਕ ਇਲੀਗਲ ਐਕਟੀਵਿਟੀ ਉਹਦੇ ਨਾਲ ਲੱਗ ਗਈ, ਅਥੋਰਿਟੀਜ਼ ਇਨਵੋਲਵ ਹੋਈਆਂ, ਇਨਪ੍ਰਿਜ਼ਨਮੈਂਟ ਹੋ ਗਈ। ਮੈਂ ਉਹਨਾਂ ਨੂੰ ਜਦੋਂ ਮਿਲਿਆ, ਜਦੋਂ ਅਜੇ ਚੱਲ ਰਿਹਾ ਸੀ ਸਾਰਾ ਕੁਝ, ਥੋੜ੍ਹਾ ਬਹੁਤਾ, ਕਾਫੀ ਸੋਹਣੀ ਸਿਹਤ ਸੀ, ਬੜਾ ਵਧੀਆ ਸੀਗਾ। ਜਦੋਂ ਕਿਤੇ ਮੈਂ ਉਹਨਾਂ ਨੂੰ 3 ਕੁ ਮਹੀਨੇ ਬਾਅਦ ਮਿਲਿਆ, ਅਤੇ ਬਸ ਸ਼ੀ ਵਾਜ਼ ਕਾਇੰਡ ਆਫ, ਜਿਵੇਂ ਕਹਿ ਲਓ ਕਿ ਇੱਕ ਜਿਵੇਂ ਕੰਕਾਲ ਹੁੰਦਾ ਹੱਡੀਆਂ ਦਾ, ਅਤੇ ਜਸਟ ਐਵੇਂ ਸ਼ੇਕ ਕਰੀ ਜਾਂਦੀ ਆ ਕਰਕੇ। ਮੈਂ ਕਿਹਾ ਭੈਣ ਜੀ ਕੀ ਹੋਇਆ, ਕੁਛ ਪ੍ਰੋਬਲਮ? ਉਹਦੇ ਹਸਬੈਂਡ ਕਹਿੰਦੇ ਪ੍ਰੋਬਲਮ ਕੀ, ਤੁਹਾਨੂੰ ਪਤਾ ਹੀ ਹੈਗਾ, ਬਸ ਨਾ ਸੌਂਦੀ ਏ, ਨਾ ਖਾਂਦੀ ਏ, ਨਾ ਕੁਛ, ਬੁਰਾ ਹਾਲ ਆ, ਸਾਰ ਚੀਜ਼ ਹੋ ਗਈ ਤਰਫਾਂ। ਮੈਂ ਦੇਖਿਆ ਸਾਰਾ ਨਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹਨੇ ਤਾਂ ਜੋ ਕੀਤਾ ਕੀਤਾ, ਚਲੋ ਉਹ ਤਾਂ ਵੱਡੀ ਗੱਲ ਨਹੀਂ ਹੈਗੀ, ਫਸਟ ਟਾਈਮ ਉਹਨੇ ਅਫੈਂਸ ਕੀਤਾ, ਐਂਡ ਇਟਸ ਗੋਨਾ ਟੀਚ ਹਿਮ ਗੁੱਡ ਲੈਸਨ, ਡੋਂਟ ਵਰੀ। ਪਰ ਗੱਲ ਇਹ, ਜਿਹੜਾ ਪਾਪ ਤੁਸੀਂ ਕਰ ਰਹੇ ਹੋ, ਇਹ ਪਾਪ ਕਿੱਥੇ ਭਰੋਗੇ ਜਾ ਕੇ? ਉਹ ਕਹਿੰਦੀ ਪਾਪ, ਮੈਂ ਕਿਹੜਾ ਪਾਪ? ਮੈਂ ਕਿਹਾ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਉਸ ਬੱਚੇ ਦੀ ਇੱਕ ਛੋਟੀ ਜਿਹੀ ਗਲਤੀ ਕਰਕੇ ਉਹਦੇ ਕੋਲ ਉਹਦੀ ਮਾਂ ਜੁਦਾ ਕਰ ਦਿਓ? ਤੁਸੀਂ ਦੱਸੋ ਮੈਨੂੰ, ਆਖਿਰਕਾਰ ਉਹਨੂੰ ਮਾਂ ਦੀ ਲੋੜ ਅੱਜ ਵੀ ਆਉਂਦੇ, ਕੱਲ੍ਹ ਵੀ ਹੋਏਗੀ, ਤੁਸੀਂ ਉਹਦੀ ਮਾਂ ਕਿਉਂ ਮਾਰ ਰਹੇ ਹੋ? ਹੁਣ ਆ ਚੀਜ਼ ਜਿਹੜੀ ਤੁਸੀਂ ਧਿਆਨ ਨਾਲ ਦੇਖੋ, ਉਹ ਕਹਿੰਦੇ ਭਾਈ ਸਾਹਿਬ ਨੀਂਦ ਨਹੀਂ ਆਉਂਦੀ। ਭਾਈ ਸਾਹਿਬ ਮੈਂ ਕਿਹਾ ਗੁਰੂ ਅਤੇ ਰੱਬ 'ਤੇ ਭਰੋਸਾ ਰੱਖੋ, ਉਹ ਵੀ ਤਾਂ ਕੁਛ ਹੈ ਨਾ, ਮਾਲਕ ਕਰਨ ਕਰਾਉਣ ਵਾਲਾ ਹੈਗਾ। ਹੁਣ ਜਿਹੜੀ ਆਹ ਬਾਤ ਆ, ਇਹ ਹੈ ਮਨ ਵਿੱਚ ਵਿਸ਼ਵਾਸ ਆ ਜਾਣਾ, ਕਰਨ ਕਰਾਉਣ ਵਾਲਾ ਹੈ, ਜਿਵੇਂ ਉਹਨੇ ਸਾਡੀ ਡੈਸਟਨੀ ਸੈੱਟ ਕੀਤੀ ਹੋਏਗਾ, ਮੈਂ ਆਪਣਾ ਰੋਲ ਪ੍ਰੋਪਰਲੀ ਅਦਾ ਕਰੀ ਚੱਲਾਂ ਬਸ। ਮੈਂ ਕਿਹਾ ਉਹਨੇ ਲੈਸਨ ਸਿੱਖ ਕੇ ਸਾਰਾ ਬਾਹਰ ਆ ਜਾਣਾ, ਆਉਂਦਿਆਂ ਨੂੰ ਤੁਸੀਂ ਮੰਜੇ 'ਤੇ ਪੈ ਗਏ, ਖਤਮ ਹੋ ਗਿਆ ਸਾਰਾ ਕੁਝ, ਸਾਰੀ ਉਮਰ ਵਿਚਾਰਾ ਗਿਲਟੀ ਫੀਲ ਕਰੇਗਾ, ਆ ਨਹੀਂ ਸਕੇਗਾ ਬਾਹਰ ਆਪਣੀ ਅਸਲ ਇਸ਼ੂ ਤੋਂ। ਮੈਂ ਦੇਖਿਆ ਬਹੁਤ ਬਹੁਤ ਆਇਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਮਾਫ਼ੀ ਚਾਹਾਂਗਾ, ਮੈਂ ਇਤਨੀ ਡਿਟੇਲ 'ਚ ਬਾਤ ਨਹੀਂ ਕਰਨੀ ਚਾਹੁੰਦਾ, ਕਈ ਵਾਰੀ ਪ੍ਰਾਈਵੇਸੀ ਹਰਟ ਹੋ ਜਾਂਦੀ ਹੈ। ਅਦਰਵਾਈਜ਼ ਮੈਨੂੰ ਇੱਕ ਬੱਚਾ ਮਿਲਿਆ, ਮੈਂ ਖੁਦ ਉਹਦਾ ਜਿਹੜਾ ਹੈਗਾ ਕਾਉਂਸਲਿੰਗ ਤੋਂ ਬਾਅਦ ਉਹਦਾ ਰਿਪੋਰਟ ਕਾਰਡ ਬਣਾਇਆ ਸਾਰਾ, ਐਂਡ ਪਰੋਲ ਆਫਿਸਰ ਮੈਨੂੰ ਕਹਿੰਦਾ, ਕਹਿੰਦਾ ਕਿ ਜਸਟ ਵੀ ਆਰ ਗੋਇੰਗ ਟੂ ਐਕਚੁਲੀ ਰਿਲੀਜ਼ ਹਿਮ ਨੈਕਸਟ ਵੀਕ। ਠੀਕ ਹੈ ਜੀ, ਉਹ ਮੈਂ ਨੈਕਸਟ ਵੀਕ ਗਿਆ, ਤਾਂ ਮੈਂ ਉਹ ਰਿਲੀਜ਼ ਹੋ ਗਿਆ ਹੋਣਾ ਉਸ ਤਰੀਕੇ ਨਾਲ, ਤਾਂ ਮੈਂ ਦੂਜੇ ਗਰੁੱਪ ਨੂੰ ਪੁੱਛਿਆ, ਮੈਂ ਉਹਦਾ ਨਾਂ ਲੈ ਕੇ, ਮੈਂ ਕਿਹਾ ਵੇਅਰ ਇਜ਼ ਦੈਟ ਗਾਏ? ਉਹ ਕਹਿੰਦੇ ਤੁਹਾਨੂੰ ਨਹੀਂ ਪਤਾ? ਮੈਂ ਕਿਹਾ ਨਹੀਂ। ਕਹਿੰਦੇ ਉਹਨੇ ਤਾਂ ਇੱਥੇ ਬੜਾ ਵੱਡਾ ਤਮਾਸ਼ਾ ਕੀਤਾ, ਲੜਾਈ ਕੀਤੀ, ਝਗੜਾ ਕੀਤਾ, ਉਹਦੇ 'ਤੇ 14-15 ਚਾਰਜ ਲੱਗ ਗਏ ਨੇ, ਉਹਨੂੰ ਤਾਂ ਮੈਕਸ ਸਿਕਿਉਰਿਟੀ ਜੇਲ੍ਹ ਮਾਰਿਆ ਜਾ ਕੇ ਉਹਨਾਂ ਨੇ। ਓ ਮਾਈ ਗੁੱਡਨੈਸ, ਇਹ ਬਲੰਡਰ ਕਰਤਾ ਉਹਨੇ, ਇਹ ਕਿਵੇਂ ਹੋ ਗਿਆ? ਮੁੜ ਕੇ 2-2.5 ਮਹੀਨੇ ਬਾਅਦ ਮੇਰੀ ਮੁਲਾਕਾਤ ਫਿਰ ਹੋਈ ਉਹਦੀ ਇੰਸਟੀਟਿਊਸ਼ਨ ਦੇ ਵਿੱਚ। ਮੈਂ ਕਿਹਾ ਓਏ, ਕਹਿੰਦਾ ਬਸ ਇਸ ਤਰ੍ਹਾਂ। ਮੈਂ ਕਹਿੰਦਾ, ਮੈਂ ਕਿਹਾ ਜਿੰਨਾ ਤੂੰ ਪ੍ਰਟੈਂਡ ਕਰ ਰਿਹਾ ਨਾ, ਕਿ ਜਿੰਨਾ ਤੂੰ ਨਾਈਵ ਹੈਗਾ ਅਤੇ ਜਿੰਨਾ ਤੂੰ ਅਪੋਲ ਬਣ ਰਿਹਾ ਹੈਗਾ, ਯੂ ਆਰ ਨੋਟ ਦੈਟ ਮਚ ਨਾਈਵ, ਆਈ ਨੋ ਸਮਥਿੰਗ ਇਜ਼ ਗੋਇੰਗ ਔਨ ਇਨ ਯੂਰ ਮਾਈਂਡ, ਵਟਸ ਰੋਂਗ? ਕਿਉਂ ਨਹੀਂ ਜਾਣਾ ਚਾਹੁੰਦਾ ਤੂੰ? ਇਸ਼ੂ ਕੀ ਹੈ? ਕੋਈ ਗੈਂਗ ਤੋਂ ਡਰ ਲੱਗਦਾ ਹੈ, ਕੋਈ ਬਾਹਰ ਗੋਲੀ ਮਾਰ ਦੇਗਾ, ਵਟਸ ਰੋਂਗ? ਵਾਈ ਆਰ ਯੂ ਲੀਵਿੰਗ ਦਿਸ ਪਲੇਸ? ਰੋ ਪਿਆ ਬੜੀ ਬੁਰੀ ਤਰ੍ਹਾਂ, ਕੀ ਹੋਇਆ? ਕਹਿੰਦਾ ਫਾਦਰ ਨਾਲ ਬੜਾ ਪਿਆਰ ਸੀਗਾ, ਅਤੇ ਫਾਦਰ ਨੇ ਬੜਾ ਰੋਕਿਆ ਸੀਗਾ ਵੀ ਗਲਤ ਕੰਮ ਨਹੀਂ ਕਰਨਾ, ਗਲਤ ਕੰਮ ਹੋ ਗਿਆ, ਮੁੜ ਕੇ ਫਾਦਰ ਮਿਲਣ ਨਹੀਂ ਆਇਆ, ਮੈਂ ਕਿਹਾ ਜਾ ਕੇ ਅਪੋਲੋਜੀ ਪੇਸ਼ ਕਰਾਂਗਾ ਫਾਦਰ ਨੂੰ, ਯੂ ਨੋ ਆਮ ਗੋਨਾ ਸੇ ਸੋਰੀ ਐਂਡ ਦੈਨ ਥਿੰਗਸ ਗੋਨਾ ਸਮੂਥ ਅਗੇਨ। ਫਾਦਰ ਦੀ ਡੈਥ ਹੋ ਗਈ, ਨਾਓ ਹੂ ਵਾਂਟਸ ਟੂ ਗੋ ਹੋਮ? ਗਿਲਟ ਹੈ। ਦੇਖੋ ਮੈਂ ਫਿਰ ਬੇਨਤੀ ਕਰ ਰਿਹਾ, ਗੁਰਬਾਣੀ ਹੋਪ ਦੀ ਇੱਕ ਬਹੁਤ ਵੱਡੀ ਚਿੰਗਾਰੀ ਸਾਡੇ ਅੰਦਰ ਬਾਲਦੀ ਹੈ।
ਕਰਨ ਕਰਾਉਣ ਵਾਲਾ ਕਰਤਾਰ ਹੈ ਬੰਦੇ, ਸਿਮਰਨ ਇਹੀ ਹੈ ਸਾਰਾ। ਅਦਰਵਾਈਜ਼ ਮਨ ਦੀ ਦੁਨੀਆ ਪਰੇਸ਼ਾਨ ਕਰੇਗੀ। ਇੱਥੇ ਮਹਾਰਾਜ ਨੇ ਜਿਹੜਾ ਜ਼ਿਕਰ ਕੀਤਾ ਇਹਦੇ ਵਿੱਚ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ, ਹਰ ਜੀਓ ਮਨ ਵਸਾਏ। ਹਰੀ ਦਾ ਭਰੋਸਾ ਮਨ ਚ ਵਸ ਗਿਆ, ਸੱਚੀ ਬਾਣੀ ਸਿਉ ਚਿੱਤ ਲੱਗਾ। ਇਹ ਸੱਚਾ ਉਪਦੇਸ਼ ਆ, ਚਿੱਤ ਨਹੀਂ ਲੱਗਦਾ ਇਹਦੇ ਨਾਲ, ਮੂੰਹ ਵੀ ਲੱਗ ਜਾਂਦਾ ਕਦੀ ਕਦੀ, ਮੈਮਰੀ ਵੀ ਥੋੜੀ ਬਹੁਤੀ ਲੱਗ ਜਾਂਦੀ ਹੈ, ਯਾਦ ਕਰ ਲੈਂਦਾ ਬੰਦਾ 2-4-10 ਸ਼ਬਦ, ਪਰ ਜਿੱਥੇ ਸ਼ਬਦ ਵਰਤਣੇ ਹੁੰਦੇ ਨੇ ਸੋਚ ਚ, ਉੱਥੇ ਵਰਤਦੇ ਨਹੀਂ, ਉੱਥੇ ਫਿਰ ਫਿਕਰ ਪਿਆ ਆ। ਸੁੱਤਾ ਪਿਆ ਬੰਦਾ ਸੌਣ ਦੇ ਪ੍ਰਟੈਂਡ ਕਰ ਰਿਹਾ, ਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ ਪੜ੍ਹ ਰਿਹਾ, ਤੇ ਨੀਂਦ ਫਿਰ ਨਹੀਂ ਆ ਰਹੀ, ਫਿਰ ਭਲਿਆ ਵਿਸ਼ਵਾਸ ਵੀ ਕਰ, ਕਿਤੇ ਉਹ ਚੀਜ਼ ਵਰਤੇ ਵੀ ਨਾ ਅੰਦਰ ਉਸ ਰੂਪ ਦੇ ਵਿੱਚ। ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਸੱਚੀ ਬਾਣੀ ਸਿਉ ਚਿੱਤ ਲੱਗਾ, ਆਵਣ ਜਾਣ ਰਹਾ ਹੈ, ਜੰਮਣ ਮਰਨਾ ਕੱਟਿਆ ਜਾਏਗਾ। ਅਗਲਾ ਬੰਦੇ ਦਾ ਜਿਹੜਾ ਹੈ ਪੰਡਿਤ ਪੜ ਵਾਦ ਵਿਖਾਣਾ, ਮਹਾਰਾਜ ਅਗਲੀ ਲੇਅਰ ਉਧੇੜ ਕੇ ਰੱਖ ਦੇਣਗੇ ਪੜ ਕੇ, ਜਿਹੜੀ ਵਾਕਿਆ ਚ ਸਾਨੂੰ ਉਸ ਸੱਚ ਦੇ ਰਾਹ ਦੇ ਉੱਤੇ ਲੈ ਜਾਏਗੀ। ਸਾਹਿਬ ਇਹ ਮਿਹਰਾਮਤ ਕਰਨ, ਇਹਨਾਂ ਆਲਮੀ ਵਾਕਾਂ ਚੋਂ ਚੰਗੇਰੀ ਪ੍ਰੇਰਣਾ ਮਿਲੇ, ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਮੁਸਲਸਲ ਅਗਲੇ ਕੋਈ 4 ਹਫ਼ਤੇ ਆਪ ਸੰਗਤ ਦੇ ਚਰਨ ਪ੍ਰਸੰਨ ਦਾ ਮੌਕਾ ਹੈ, ਹਮੇਸ਼ਾ ਦੀ ਤਰ੍ਹਾਂ ਆਪ ਸੰਗਤ ਪਿਆਰ ਦਿਓਗੇ, ਸਨੇਹ ਦਿਓਗੇ, ਸੋ ਉਮੀਦ ਦੇ ਨਾਲ ਮਹਾਰਾਜ ਸਾਡੀ ਹਾਜ਼ਰੀ ਗੁਰਸ਼ਬਦ ਦੀ ਇਸ ਤਾਬੇਦਾਰੀ ਦੇ ਵਿੱਚ ਸਥਾਪਿਤ ਕਰਨਗੇ, ਇਹ ਆ ਉਮੀਦ ਕਰਦੇ ਹਾਂ। ਅੱਜ ਵਾਸਤੇ ਸਮਾਂ ਸਮਾਪਤ, ਰਾਗੀ ਵੀਰ ਅਗਲਾ ਪ੍ਰੋਗਰਾਮ ਤੁਹਾਨੂੰ ਸਰਵਣ ਕਰਾਉਣਗੇ। ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ,